सो बेदबी के मामले दियां तारां डेरा सरसा दे नाल जुड़ रही ने। राम रहीम का भी इस रिपोर्ट के जिक्र है, एम एस जी फिल्म का भी जिक्र है कि मसंजर ऑफ गॉड डेरा मुखी की फिल्म पंजाब च रिलीज़ होनी सी, रिलीज़ सिखा ने नहीं होने दिती। इस तो बाद भड़के प्रेमिया ने इस तरह के जिहड़े काम नूं अंजाम दिता जिसने सिखा के हिरदे बुलंदरे, सब कुछ रिपोर्ट कह रही है। पर इस बेदबी कांड तो बाद गोलीकांड दी घटनावां वापरियां, दोवें मामले एक दूजे नाल इंटरलिंक ने। पंजाब की सियासत विच इन्हां मामलियां ते वड्डे पद्धर ते चर्चा हुंदी रही है, हुंदी रहेगी जद तक सिखां नूं इंसाफ नहीं मिल पाउंदा। बेदबी मामलियां तो बाद गोलीकांड मामलियां दे पीड़ित साडे नाल सुखराज सिंह लाइव ने, जो कि कृष्ण भगवान सिंह दे बेटे ने। कृष्ण भगवान सिंह ओ सिख नुमाइंदे सन जिन्हां ने गोलीकांड दे विच वड्डी भूमिका निभाई, पंजाब पुलिस की गोली का शिकार होए, हालांकि परिवार हाले तक इंसाफ मांग रहा। सुखराज जी, तुहाडा स्वागत है। मेरा सब तो पहला सर सवाल तुहानूं रहेगा कि जो रिपोर्ट पंजाब के मुख्यमंत्री भगवंत सिंह मान ने सौंपी है कि गोलीकांड मामलों के पीड़ित परिवार उस तो संतुष्टि जाहर कर रहे हैं या नहीं, हालांकि मामला गोलीकांड तो बिल्कुल वखरा है, बेदबियों के नाल जुड़िया हुआ मामला है। देखो जी, गल बेअदबियां तो मामला शुरू हुंदा, वक्खरा वक्खरी गल है, कंसैप्ट बनता है। गोलीकांड उस संदर्भ चो निकलता है, पहला बेअदबी हुंदी आ 1 जून 2015 नूं सरूप चोरी हुंदे आ, फिर 12 अक्टूबर नूं बेअदबी हुंदी आ, तां उस तों बाद जिहड़ा गोलीकांड 14 नूं हुंदा है। ते आपां गल करिए कि बेअदबी की जिहड़ी रिपोर्ट कल एक हउआ बना के पेश कीती गई आ जां लोकां दे विच इक उभारी गई आ, मैं तुहाडे माध्यम राही दसना चाहुंदा कि इह महीने तों वध दे समें तों पहलां दी जिहड़ी आ पंजाब दे विच आ चुकी आ। 1.5 महीना तकरीबन इहनूं हो चुक्या, क्योंकि जदों इनवैसटीगेशन कंप्लीट हो जांदी आ तां चलान आ जिहड़े कोर्ट दे विच सबमिट करवाए जांदे आ आईओ वल्लों, तां उही उसे तरहां उह जिहड़े चलान आ उह चलानां नूं उहदी जिहड़ी कॉपी आ इक उहदी किताब बणा के आ जिहड़ी इहनां नूं दित्ती गई आ, तां इह चलानां दी कापी मैं कहांगा अज तों महीना पहलां ददूवाल साहिब कोले वी पहुंच चुकी सी ਜਿਹੜੇ ਇਸ ਕੇਸ ਦੇ ਨਾਲ ਜੁੜੇ ਹੋਏ ਆ ਪਹਿਲਾਂ ਤੋਂ ਹੀ। ਤੇ ਅੱਜ ਜਥੇਬੰਦੀਆਂ ਦੇ ਉਹਨਾਂ ਨੁਮਾਇੰਦਿਆਂ ਦੇ ਰੂਪ ਵਿੱਚ ਪੰਜਾਬ ਦੇ ਵਿੱਚ ਇਹਨੂੰ ਇੱਕ ਵੇਵ ਕ੍ਰੀਏਟ ਕਰਨਾ ਕਿ ਬੇਅਦਬੀ ਦਾ ਮਸਲਾ ਹੱਲ ਕਰ ਲਿਆ ਜਾਂ ਦੋਸ਼ੀ ਆ ਜਿਹੜੇ ਜੇਲ੍ਹਾਂ 'ਚ ਜਾਣਗੇ ਜਾਂ ਹਜੇ ਤੱਕ ਉਸ 'ਤੇ ਕਾਰਵਾਈ ਕਰਨਗੇ, ਇਹ ਇੱਕ ਲੋਕਾਂ ਨੂੰ ਭਰਮਾਉਣ ਦੀ ਗੱਲ ਆ। ਕਿਉਂਕਿ ਬੇਅਦਬੀ ਇਨਸਾਫ ਮੋਰਚਾ ਬਹਿਬਲ ਕਲਾਂ ਦੇ ਵਿੱਚ ਤਕਰੀਬਨ ਪਿਛਲੇ 6 ਮਹੀਨੇ ਤੋਂ ਚੱਲ ਰਿਹਾ ਜੀ, ਜਿਹਦੇ ਵਿੱਚ ਸਰਕਾਰ ਨੇ 3 ਮਹੀਨੇ ਦਾ ਸਮਾਂ ਦਿੱਤਾ ਸੀ ਇਸ ਸਾਰੇ ਮਸਲੇ ਨੂੰ ਹੱਲ ਕਰਨ ਦਾ, ਤਾਂ ਅੱਜ ਤਕਰੀਬਨ ਉਹਦੇ ਵਿੱਚ ਹਫ਼ਤਾ ਕੁ ਰਹਿ ਗਿਆ ਉਹਦਾ ਟਾਈਮ ਪੂਰਾ ਹੋਣ 'ਤੇ। ਪਰ ਉਸ ਤੋਂ ਪਹਿਲਾਂ ਕਿਤੇ ਨਾ ਕਿਤੇ ਲੋਕਾਂ ਨੂੰ ਦੁਫਾੜ ਕਰਨ ਦੇ ਲਈ ਇਸ ਤਰ੍ਹਾਂ ਦੀ ਨੀਤੀ ਅਪਣਾਈ ਗਈ ਆ। ਉਸ ਰਿਪੋਰਟ ਦੇ ਵਿੱਚ ਸਰਸੇ ਵਾਲੇ ਨੂੰ ਦੋਸ਼ੀ ਜਿਹੜਾ ਕਿਹਾ ਗਿਆ ਉਹ ਪੰਜਾਬ ਦੇ ਬੱਚਾ ਪੰਜਾਬ ਦੀ ਸਿੱਖ ਸੰਗਤ ਜਾਂ ਵਿਦੇਸ਼ਾਂ ਦੀ ਸਿੱਖ ਸੰਗਤ ਜਾਂ ਜਿਹੜਾ ਗੁਰੂ ਨੂੰ ਪਿਆਰ ਕਰਦਾ ਉਹ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਇਹ ਸਰਸੇ ਵਾਲਾ ਦੋਸ਼ੀ ਆ। ਰਹੀ ਗੱਲ 3 ਬੰਦੇ ਭਗੌੜਾ ਕਰਾਰ ਆ ਉਹਦੀ ਪਹਿਲੀ ਮੈਂਬਰੀ ਜਿਹੜੀ ਕਮੇਟੀ ਆ ਉਹਦੇ ਤੇ ਉਹ ਅੱਜ ਤੱਕ ਨਹੀਂ ਗ੍ਰਿਫਤ 'ਚ ਆਏ ਜੀ। ਬਾਕੀ ਹੋਰ ਵੀ ਕਈ ਇਸ 'ਚ ਖਮੀਆਂ ਹੈਗੀਆਂ, ਪਰ IAS ਪਰਮਾਰ ਉਹਨਾਂ ਨੇ ਬਹੁਤ ਵਧੀਆ ਸੱਜੇ ਢੰਗ ਦੇ ਨਾਲ ਜਿਹੜੀ ਬੇਅਦਬੀ ਦੇ ਉੱਤੇ ਡੇਰੇ ਸਰਸੇ ਦੀ ਭੂਮਿਕਾ ਜੱਗ ਜ਼ਾਹਰ ਕੀਤੀ ਆ, ਜਿਹੜੀ ਕਦੇ ਨਾ ਕਿਤੇ ਸਿੱਖਾਂ ਦੇ ਪੱਖ ਵਾਲੀ ਆ, ਪਰ ਉਹਨੂੰ ਇਸ ਤਰੀਕੇ ਦੇ ਨਾਲ ਇੱਕਦਮ ਉਹਨਾਂ 4 ਕੁ ਬੰਦਿਆਂ ਦੇ ਸਾਹਮਣੇ ਪੇਸ਼ ਕਰਕੇ ਮੀਡੀਆ ਦੇ ਵਿੱਚ ਇਹ ਅਨਾਊਂਸ ਕਰਵਾਇਆ ਗਿਆ ਕਿ। ਪਰ ਸੁਖਰਾਜ ਜੀ, ਸਵਾਲ ਸਭ ਤੋਂ ਵੱਡਾ ਇਹ ਹੈ ਕਿ ਰਿਪੋਰਟ ਜਿਹੜੀ ਉਹ ਦਿੱਤੀ ਗਈ ਹੈ ਉਸ ਤਫਤੀਸ਼ ਦੇ ਮਾਇਨੇ ਕੀ ਨੇ? ਤੁਸੀਂ ਲਾਈਨ 'ਤੇ ਰਹੇ ਹੋ, ਸਾਡੇ ਪੱਤਰਕਾਰ ਗੁਰਪ੍ਰੀਤ ਸਿੰਘ ਵੀ ਸਾਡੇ ਨਾਲ ਜੁੜੇ ਹੋਏ ਨੇ, ਮੈਂ ਗੁਰਪ੍ਰੀਤ ਤੋਂ ਜਾਣਨਾ ਚਾਹੂੰਗਾ ਗੁਰਪ੍ਰੀਤ ਕਿਵੇਂ ਦੇਖੀਏ। ਦੇਖੋ, ਡੇਰਾ ਸਿਰਸਾ ਨਾਲ ਤਾਰਾਂ ਜੋੜਨ ਦਾ ਜ਼ਿਕਰ ਬਹੁਤ ਵਾਰ ਹੋਇਆ, 467 ਪੰਨਿਆਂ ਦੀ ਰਿਪੋਰਟ ਦਾ ਕੰਕਲੂਡ ਅਸੀਂ ਕੱਢਣ ਦੀ ਕੋਸ਼ਿਸ਼ ਕਿਵੇਂ ਕਰ ਸਕਦੇ ਹਾਂ? ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਮਲਾ ਪੋਲੀਟੀਕਲ ਵੀ ਰਿਹਾ, ਪੋਲੀਟੀਕਲ ਬਿਆਨ ਆਉਂਦੇ ਰਹੇ ਨੇ, ਕਈ ਸਿਆਸੀ ਲੋਕਾਂ ਦਾ ਜ਼ਿਕਰ ਆਉਂਦਾ ਰਿਹਾ, ਖਾਸ ਕਰਕੇ ਅਕਾਲੀ ਦਲ ਨੇ ਵੀ ਇਸ ਰਿਪੋਰਟ ਤੋਂ ਬਾਅਦ ਵੱਡਾ ਬਿਆਨ ਦਿੱਤਾ ਕਿ ਦੇਖੋ ਜਿਹੜੇ ਸਾਨੂੰ ਭੰਡਣ ਦੀ ਕੋਸ਼ਿਸ਼ ਕਰ ਰਹੇ ਸੀ ਸਾਡਾ ਨਾਮ ਤੱਕ ਇਸ ਰਿਪੋਰਟ 'ਚ ਨਹੀਂ ਆਇਆ। ਕ੍ਰਿਸ਼ਨ, ਆਪਣਾ ਸਵਾਲ ਦੁਬਾਰਾ ਦੁਹਰਾਓਗੇ ਇੱਕ ਵਾਰ? ਬਿਲਕੁਲ ਗੁਰਪ੍ਰੀਤ, ਮੇਰਾ ਸਵਾਲ ਇੱਥੇ ਇਹ ਹੈ ਕਿ ਬੇਅਦਬੀ ਦੇ ਮਾਮਲੇ ਜੋ 3 ਥਾਵਾਂ 'ਤੇ ਵਾਪਰੇ, ਪਰ ਰਿਪੋਰਟ ਹੁਣ ਜਨਤਕ ਹੁੰਦੀ ਹੈ, ਮੁੱਖ ਮੰਤਰੀ ਸਭ ਸਿੱਖ ਲੀਡਰਾਂ ਨੂੰ ਰਿਪੋਰਟ ਦਿੰਦੇ ਨੇ, ਹਾਲਾਂਕਿ ਸੁਖਰਾਜ ਸਿੰਘ ਪੀੜਤ ਪਰਿਵਾਰਾਂ 'ਚੋਂ ਨੇ ਉਹ ਸਵਾਲ ਚੁੱਕ ਰਹੇ ਨੇ ਕਿ ਹੂਆ ਬਣਾ ਕੇ ਇਸ ਰਿਪੋਰਟ ਨੂੰ ਪੇਸ਼ ਕੀਤਾ ਜਾ ਰਿਹਾ, ਪਰ ਰਿਪੋਰਟ ਦੇ ਮਾਇਨੇ ਅਸਲ ਦੇ ਵਿੱਚ ਹੈ ਕੀ ਨੇ?
देखो रिपोर्ट सामने आ गई है जिहड़ी गल सुखराज सिंह भी कह रहे सी कि बच्चा बच्चा जानदा है कि डेरा सच्चा सौदा दा जिहड़ा मुखी है गुरमीत राम रहीम सिंह वो इहदा साजिश करता सी। दो चीज़ां हुंदियां ने कृष्ण, एक यह है कि एक हुंदे है तुहाडियां स्पेकुलेशनस और एक तुसीं इहनूं साबित करना है कोर्ट दे विच जाके। ठीक है सिख भाईचारा बहुत पहलां तो क्योंकि जिस तरीके दे नाल उस वक्त घटनावां वापरियां वो पब्लिक डोमेन दे विच हैगियां सारियां चीज़ां, वो सब नूं पता किवें किवें होईयां, तां एक तां इह हुंदा कि तुहाडे सामने चीज़ां होईयां होण ते तुहानूं पता होए कि इदां इदां होया है पर उहदा तुहाडे कोई एविडेंस ना होए। एक चीज़ हुंदी है कि कोर्ट ऑफ लॉ जाके उहनूं साबित करना है, उस तों बाद सज़ावां देणियां। इह जिहड़ी रिपोर्ट है इह गुरमीत राम रहीम सिंघ नूं कॉन्सपीरेटर दसदी है ते एविडेंस दे नाल उन्हूं जिहड़ा कानून दे दायरे च लिया के उन्हूं साबित करूगी कि इन्हां दे वल्लों जिहड़ा ये दोष किया गया ये जिहड़ा क्राइम है जां ये जिहड़ा पाप है इन्हां दे वल्लों किया गया, उस तों बाद उन्हां नूं फिर सज़ावां होणगियां। सो दोवां चीज़ां दे विच फर्क है। ये होना कि जिहड़ा तमाम सिख भाईचारा है वह जाणदा सी और एक रिपोर्ट दे विच जांच रिपोर्ट दे आधार ते अगे चार्जशीट होनी है, फिर उस तो बाद मुलजमान नूं सज़ावां मिलनियां ने। एक के हुंदा कि एविडेंस कलैक्ट कीते एसआईटी ने, हुण उन्हां एविडेंसिस दे आधार ते इन्हां नूं सज़ावां दवाईयां जाणगियां। सो दोवां दे विच इह एक छोटा जिहा फर्क है। दूजी गल इह है जिहड़ी तुसीं कह रहे हो कि इहदे मायने, देखो इह है कि एक तां इह चीज़ क्लीयर होई है इस रिपोर्ट तों कि जिहड़ी सीबीआई है उदे वल्लों जो तथ रखे गए सी और जो एस आई टी दे वल्लों तथ रखे गए दोवां दे विच फर्क है। और दूजी गल अहम गल है कि जिहड़ी डेरा मुखी गुरमीत राम रहीम नूं मेन कॉन्सपीरेटर दे तौर ते इहदे च लिया गया। हाँ जिहड़ी गल सुखराज कह रहे हैं कि तीन जिहड़े लोग भगौड़े आ उहनां दा हाले तक पता नहीं लग्गिया, उहदा जिक्र इस रिपोर्ट दे विच वी हाले इस रिपोर्ट दे विच वी है कि तीन लोग जिहड़े है उह हाले एब्सकॉन्डिंग है, उह हाले पुलिस दी गिरफ्त दे विच नहीं है। पर एक ये जरूर किया जा सकता है कि रिपोर्ट सामने आई है, हुण देखना है कि कोर्ट ऑफ लॉ दे विच कोर्ट दे विच जाके ये किवें आएंगे जिहड़े तथ रखे जांदे आ और जिहड़े मेन कॉन्सपीरेटर ने जिहड़े गुरमीत राम रहीम है जां डेरे दे नाल जुड़े हो होर लोग ने उहनां नूं सज़ावां किवें दवाईयां जांदियां। बिल्कुल सुखराज तुहानूं की लगता है? देखो ये मामला बहुत पुराना है, हालांकि सीबीआई ने क्लोजर रिपोर्ट इन्हां डेरा प्रेमियों के खिलाफ ही दाखिल की सी जिन्हां दा जिक्र इस रिपोर्ट च वार वार हो रहा है। गोलीकंड मामले दे विच तुसी लगातार सरकार तक पहुंच कर रहे हो कि इंसाफ दिता जाए? देखो जी गल इत्थे फिर उही आ जांदी है कि जदों आपां बेअदबी दी गल करदे आ ना जी तां पंजाब दे लोकां दे लई इक इन्ना क सेंसिटिव जा मुद्दा है, इन्ना क संवेदनशील मुद्दा कि हर एक सिख उस दे उत्ते उहनूं सुणदा है ते उहनूं अपने आप ते इक हंडाया होया महसूस करदा है। 2015 ਤੋਂ ਲੈ ਕੇ ਅੱਜ ਤੱਕ ਬੇਅਦਬੀਆਂ ਨਿਰੰਤਰ ਹੋ ਰਹੀਆਂ, ਰੁਕ ਨਹੀਂ ਰਹੀਆਂ। ਪਰ ਜਿਹੜੀ ਰਿਪੋਰਟ ਡੇਢ ਮਹੀਨਾ ਪਹਿਲਾਂ ਮੇਰਾ ਉੱਥੇ ਆ ਗਿਆ ਨਾ ਸਵਾਲ, ਫਿਰ ਤੁਸੀਂ ਆਪਣੇ ਤੇ ਉਹ ਗੱਲ ਕਰਿਓ ਬਾਈ ਜੀ ਨਾਲ ਜਿਹੜੇ ਆਪਣੇ ਗੱਲ ਕਰ ਰਹੇ ਸੀ ਜੀ, ਜਦੋਂ ਡੇਢ ਮਹੀਨਾ ਪਹਿਲਾਂ ਚਲਾਨ ਕੋਰਟ ਦੇ ਵਿੱਚ ਦਿੱਤੇ ਜਾਂਦੇ ਆ ਜੀ, ਸਰਕਾਰ ਬਣੀ ਨੂੰ ਵੀ 3 ਮਹੀਨੇ ਦਾ ਸਮਾਂ ਹੋ ਗਿਆ, ਅੱਜ ਤੱਕ ਸਰਕਾਰ ਇਸ ਚੀਜ਼ ਦੇ ਉੱਤੇ ਬੋਲੀ ਨਹੀਂ। ਈਵਨ ਕਿ ਸੈਸ਼ਨ ਦੇ ਵਿੱਚ ਵੀ ਕੰਵਰ ਵਿਜੇ ਪ੍ਰਤਾਪ ਹੋਣਾ ਨੇ ਸਮਾਂ ਮੰਗਿਆ ਸੀ ਇਸ ਤੇ ਗੱਲ ਕਰਨ ਨੂੰ, ਤਾਂ ਇਹਨਾਂ ਨੇ ਉੱਥੇ ਸਮਾਂ ਤੱਕ ਨਹੀਂ ਉਹ ਚ ਜਿਹੜਾ ਦਿੱਤਾ ਗਿਆ ਜਾਂ ਸੈਸ਼ਨ ਦਾ ਟਾਈਮ ਨਹੀਂ ਵਧਾਇਆ ਗਿਆ, ਤਾਂ ਕੀ ਐਡੀ ਮਜਬੂਰੀ ਬਣ ਗਈ ਸੀ ਕਿ ਉਹ ਜਿਹੜੀ ਰਿਪੋਰਟ ਡੇਢ ਮਹੀਨਾ ਪਹਿਲਾਂ ਦੀ ਪਬਲਿਕ ਹੋ ਚੁੱਕੀ ਸੀ ਉਹਦੇ ਤੇ ਪ੍ਰੈਸ ਕਾਨਫਰੰਸ ਸਰਕਾਰ ਨਾ ਕਰ ਪਾਈ, ਤੇ ਅੱਜ ਕੁਝ ਕੁ ਦਿਨ ਜਦੋਂ ਸਰਕਾਰ ਦਾ ਟਾਈਮ ਰਹਿ ਗਿਆ ਸੀਗਾ ਇਸ ਇਸ਼ੂ ਨੂੰ ਖਤਮ ਕਰਨ ਦੇ ਲਈ ਦਿੱਤਾ ਹੋਇਆ ਸਮਾਂ, ਤੇ ਉਦੋਂ ਪਹਿਲਾਂ ਕੁਝ ਕੁ ਬੰਦਿਆਂ ਨੂੰ ਉਹ ਰਿਪੋਰਟ ਦੇ ਕੇ ਤੇ ਮੀਡੀਆ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਨਾਉਂਸ ਕਰਨਾ ਕਿ ਇਹ ਬੇਅਦਬੀ ਦੇ ਉੱਤੇ ਸਾਰਾ ਕੁਝ ਅਸੀਂ ਕਰ ਦਿੱਤਾ। ਸਵਾਲ ਇੱਥੇ ਆ ਕਿ ਲੋਕਾਂ ਨੂੰ ਕਿਉਂ ਤੁਸੀਂ ਗੁੰਮਰਾਹ ਕਰ ਰਹੇ ਹੋ? ਡੇਢ ਮਹੀਨਾ ਪਹਿਲਾਂ ਦੀ ਜਦੋਂ ਗੱਲ ਹੋ ਚੁੱਕੀ ਆ, ਚਲਾਨ ਸਬਮਿਟ ਹੋ ਚੁੱਕੇ ਆ, ਤਾਂ ਕੀ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਹਨੂੰ ਅਪਲੋਡ ਨਹੀਂ ਕਰ ਸਕਦਾ ਸੀ, ਉਹਨੂੰ ਪ੍ਰੈਸ ਕਾਨਫਰੰਸ ਨਹੀਂ ਕਰ ਸਕਦਾ ਸੀ ਕਿ ਬੇਅਦਬੀ ਦੀ ਅਸੀਂ ਜਾਂਚ ਕੰਪਲੀਟ ਕਰ ਦਿੱਤੀ ਆ? ਹਾਲਾਂਕਿ ਰਿਪੋਰਟ ਦੇ ਵਿੱਚ ਵੀ ਐਂਡ ਤੇ ਲਿਖਿਆ ਹੋਇਆ ਵੀ ਹਜੇ ਕੰਟੀਨਿਊ ਆ, ਅੱਗੇ ਵੀ ਜਾਂਚ ਖੁੱਲੀ ਹੋਈ ਆ, ਚੱਲ ਸਕਦੀ ਆ, ਚੱਲੀ ਜਾ ਰਹੀ ਆ। ਸੋ ਜਿੰਨੀ ਹੋਈ ਆ ਉਹਨੂੰ ਸਰਕਾਰ ਖੁਦ ਜਨਤਕ ਨਹੀਂ ਕਰ ਸਕਦੀ ਸੀ?
डेढ़ महीना चुप रह के एंड एट द टाइम स्पोर्ट ते आके उन्होंने एकदम ओनू पब्लिश करना लोगों नू गुमराह करना कि हुण लोक तफ्तीश नू किवें देखदे हो तफ्तीश ठीक हुई है ठीक नहीं हुई हुण इस मौके रिपोर्ट जनतक होना इस दे मायने बहुत वड्डे ने देखो यही असीं जानना चाह रहे हैं कि तुहानू की लगता है तुसीं रिपोर्ट पढ़ी है रिपोर्ट च जिहड़े तथ्य लिखे गए ने ਕੀ ਤੁਹਾਨੂੰ ਲੱਗਦਾ ਕਿ ਬਿਲਕੁਲ ਫੈਕਟ ਐਂਡ ਫਿਗਰ ਦੇ ਹਿਸਾਬ ਨਾਲ ਲਿਖੇ ਗਏ ਨੇ ਕਿਉਂਕਿ ਮਾਮਲਾ ਬੜਾ ਪੇਚੀਦਾ ਹੈ ਉਹਦੇ ਚ ਇਹ ਹੈ ਜੀ ਜਦੋਂ ਰਣਵੀਰ ਸਿੰਘ ਖਟੜਾ ਨੇ ਜਦੋਂ ਇਹ ਇਨਵੈਸਟੀਗੇਸ਼ਨ ਕੀਤੀ ਆ ਜੀ ਤਾਂ ਉਦੋਂ ਵੀ ਅਸੀਂ ਸਵਾਲ ਚੁੱਕਿਆ ਸੀਗਾ ਮੈਂ ਕੋਟਪੂਰੇ ਜਦੋਂ ਇੱਕ ਪ੍ਰੋਟੈਸਟ ਚੱਲ ਰਿਹਾ ਸੀ ਸਾਡਾ ਤੇ ਉਸਦੇ ਵਿੱਚ ਵੀ ਸਵਾਲ ਚੁੱਕਿਆ ਸੀ ਤੇ ਮੈਂ ਅਕਸਰ ਮੀਡੀਆ 'ਚ ਵੀ ਕਹਿੰਦਾ ਰਹਿੰਦਾ ਕਿ ਜਦੋਂ ਮਹਿੰਦਰਪਾਲ ਬਿੱਟੂ ਦਾ ਬਿਆਨ ਪੜ੍ਹਦੇ ਹੋ ਤੁਸੀਂ ਜਿਹੜਾ ਸਾਡੇ ਕੋਟਪੂਰੇ ਦੇ ਇੱਥੋਂ ਮੇਨ ਕਰਤਾ ਧਰਤਾ ਸੀ ਇਹਨਾਂ ਦੀ ਕਮੇਟੀ ਦਾ ਮੈਂਬਰ ਵੀ ਆ ਜਿਹਨੂੰ ਅੱਜ ਰਾਮ ਰਹੀਮ ਕਹਿ ਰਿਹਾ ਵੀ ਉਹ ਜਾਣਦਾ ਨਹੀਂ ਉਹਨੂੰ ਹਾਲਾਂਕਿ ਉਹਦੀਆਂ ਉੱਥੇ ਫੋਟੋ ਵਗੈਰਾ ਵੀ ਸਾਰਾ ਕੁਝ ਹੈਗਾ ਨਾ ਤਾਂ ਉਹ ਚੀਜ਼ਾਂ ਜਿਹੜਾ ਬੰਦਾ ਮੇਨ ਸੀਗਾ ਬੇਅਦਬੀ ਕਰਵਾਉਣ ਦੇ ਵਿੱਚ ਸੀਗਾ ਕਰਨ ਦੇ ਵਿੱਚ ਸੀਗਾ ਜਿਹੜੇ ਨੇ ਇੱਥੋਂ ਦਾ ਇੱਥੋਂ ਦੇ ਜਿਹੜੇ ਮੁੰਡੇ ਬੇਅਦਬੀ ਵਾਲੇ ਸੀ ਉਹਨਾਂ ਨੂੰ ਲੀਡ ਕੀਤਾ ਜੀ ਉਹ ਆਪਣੇ ਬਿਆਨ ਦੇ ਵਿੱਚ ਇਹ ਲਿਖਾਉਂਦਾ ਕਿ ਜਦੋਂ ਉਹਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਹ ਇਹ ਲਿਖਾਉਂਦਾ ਕਿ ਜਿਹੜਾ ਸਰੂਪ ਉਹਨੂੰ ਪੁੱਛਿਆ ਜਾਂਦਾ ਵੀ ਕਿੱਥੇ ਹੈ ਜਿਹਦੀ ਬੇਅਦਬੀ ਕੀਤੀ ਆ ਤਾਂ ਉਹ ਕਹਿੰਦਾ ਵੀ ਉਹ ਸਰੂਪ ਨੇ ਆਪਣੇ ਭਰਾ ਸੁਰਿੰਦਰਪਾਲ ਨੂੰ ਦਿੱਤਾ ਗੱਡੀ ਜਿਹੜੀ ਅਲਟੋ ਆ ਜਿਹਦੇ ਵਿੱਚ ਉਹਨਾਂ ਨੇ ਰੱਖਿਆ ਹੋਇਆ ਸੀਗਾ ਉਹ ਉਹਨੇ ਆਪਦੇ ਭਰਾ ਨੂੰ ਸਪੁਰਦ ਕਰਾਈ ਆ ਤਾਂ ਉਹਦੀ ਗ੍ਰਿਫਤਾਰੀ ਹੈ ਜਿਹੜੀ ਆਊਟ ਆਫ ਪੰਜਾਬ ਤੋਂ ਹੁੰਦੀ ਆ ਉਹਦੇ ਬਿਆਨਾਂ ਦੇ ਵਿੱਚ ਵੀ ਸਾਰਾ ਪਰ ਇਹ ਪੰਜਾਬ ਸਰਕਾਰ ਜਾਂ ਉਹ ਸੈੱਟ ਜਾਂ ਇਨਵੈਸਟੀਗੇਸ਼ਨ ਟੀਮ ਉਹਦੇ ਭਰਾ ਦਾ ਬਿਆਨ ਅੱਜ ਤੱਕ ਕਿਉਂ ਨਹੀਂ ਲਵਾ ਸਕੀ ਅੱਜ ਤੱਕ ਉਹਦੇ ਤੇ ਗੱਲ ਕਿਉਂ ਨਹੀਂ ਕਰ ਸਕੀ ਉਸ ਤੋਂ ਪੁੱਛਗਿੱਛ ਕਿਉਂ ਨਹੀਂ ਕਰ ਸਕੀ ਕਿਉਂਕਿ ਸਾਡੀ ਪੰਜਾਬ ਦੇ ਲੋਕਾਂ ਦੀ ਜਾਂ ਜਥੇਬੰਦੀਆਂ ਦੀ ਇੱਕੋ ਇੱਕ ਮੰਗ ਰਹੀ ਆ ਕਿ ਰਹਿੰਦਾ ਸਰੂਪ ਕਿੱਥੇ ਆ ਜਿਹਦੀ ਬੇਅਦਬੀ ਕੀਤੀ ਗਈ ਆ ਜਿਹਦੇ ਅੰਗ ਖਿਲਾਰੇ ਗਏ ਆ ਉਹ ਸਰੂਪ ਕਿੱਥੇ ਆ ਉਹ ਇਸ ਰਿਪੋਰਟ ਦੇ ਵਿੱਚ ਜ਼ਿਕਰ ਨਹੀਂ ਹੈ ਬਿਲਕੁਲ ਇਹ ਵੀ ਹਲੇ ਰਿਪੋਰਟ 'ਚ ਜਿਸ ਤਰ੍ਹਾਂ ਤੁਸੀਂ ਬਹੁਤ ਵੱਡੇ ਗੱਲ ਦਾ ਜ਼ਿਕਰ ਕੀਤਾ ਪਰ ਗੁਰਪ੍ਰੀਤ ਸਭ ਤੋਂ ਅਹਿਮ ਸਵਾਲ ਇੱਥੇ ਇਹ ਹੈ ਡੇਰਾ ਮੁਖੀ ਦੇਖੋ ਨਾਭਾ ਦੇ ਜੇਲ੍ਹ 'ਚ ਹੋਇਆ ਕਤਲ ਕੀ ਲੱਗਦਾ ਕਿ ਕੜੀ ਸੀ ਬਹੁਤ ਵੱਡੀ ਮਹਿੰਦਰਪਾਲ ਬਿੱਟੂ ਜੇਕਰ ਜਿਉਂਦਾ ਹੁੰਦਾ ਤਾਂ ਰਾਮ ਰਹੀਮ ਤੱਕ ਪਹੁੰਚਣਾ ਬਹੁਤ ਆਸਾਨ ਹੁੰਦਾ ਹਾਲਾਂਕਿ ਰਾਮ ਰਹੀਮ ਨੇ ਬੜੀ ਆਨਾਕਾਨੀ ਕੀਤੀ ਜਦੋਂ SIT ਸੁਨਾਰੀਆ ਜੇਲ੍ਹ ਦੇ ਵਿੱਚ ਪਹੁੰਚੀ ਸੀ ਬੇਲ ਆਊਟ ਰਾਮ ਰਹੀਮ ਹੈ ਫਰਲੋ ਤੇ ਹੈ ਪਰ ਹੁਣ ਅਹਿਮ ਸਵਾਲ ਇੱਥੇ ਇਹ ਹੈ ਕਿ ਸਭ ਤੋਂ ਵੱਡਾ ਸਵਾਲ ਕਿ ਤਫਤੀਸ਼ ਕਿੱਥੇ ਖੜੀ ਹੈ ਗੁਰਪ੍ਰੀਤ ਮੈਂ ਆਊਂਗਾ ਤੁਹਾਡੇ ਕੋਲ ਹਰਜਿੰਦਰ ਸਿੰਘ ਮਾਝੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਸਿੱਖ ਪ੍ਰਚਾਰਕ ਨੇ ਹਰਜਿੰਦਰ ਸਿੰਘ ਮਾਝੀ ਦੀ ਇਸ ਕੇਸ 'ਚ ਵੱਡੀ ਭੂਮਿਕਾ ਕਿਉਂਕਿ ਉਹਨਾਂ ਨੇ ਦੀਵਾਨ ਉਸ ਵੇਲੇ ਲਾਇਆ ਸੀ ਜਦੋਂ ਡੇਰਾ ਪ੍ਰੇਮੀ ਪ੍ਰਵੋਕ ਹੋਏ ਸੀ ਮਾਝੀ ਸਾਹਿਬ ਸਵਾਗਤ ਹੈ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਹੋ ਪਰ ਸਭ ਤੋਂ ਵੱਡਾ ਸਵਾਲ ਮੇਰਾ ਇਹ ਹੈ ਬੇਅਦਬੀ ਦੇ ਮਾਮਲੇ ਜਿਹੜੀ ਰਿਪੋਰਟ ਮੁੱਖ ਮੰਤਰੀ ਪੰਜਾਬ ਨੇ ਸਿੱਖ ਲੀਡਰਾਂ ਨੂੰ ਸੌਂਪੀ ਹੈ ਬਤੌਰ ਸਿੱਖ ਪ੍ਰਚਾਰਕ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਜਦੋਂ 2015 ਦੇ ਵਿੱਚ ਬੇਅਦਬੀ ਘਟਨਾ ਕ੍ਰਮ ਵਾਪਰਿਆ ਜਦੋਂ ਤੋਂ ਲੈ ਕੇ ਉਸ ਤੋਂ ਬਾਅਦ ਭਾਵੇਂ ਬਾਦਲ ਹਕੂਮਤ ਸੀਗੀ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਜਾਂ ਅੱਜ ਭਗਵੰਤ ਮਾਨ ਦੀ ਸਰਕਾਰ ਹੈ ਇਹਨਾਂ ਨੇ ਇਹ ਯਤਨ ਕੀਤਾ ਸਿੱਖਾਂ ਨੂੰ ਦੱਸਣ ਦਾ ਕਿ ਅਸੀਂ ਬੇਅਦਬੀ ਮਸਲੇ ਦੇ ਹੱਲ ਦੇ ਲਈ ਐਫਰਟ ਬਹੁਤ ਕਰ ਰਹੇ ਹਾਂ ਪਰ ਜਿਹੜਾ ਰਿਜ਼ਲਟ ਹੈ ਉਹ ਸਾਨੂੰ ਅਜੇ ਤੱਕ ਨਹੀਂ ਮਿਲਿਆ ਭਾਵੇਂ ਉਹ ਜਸਟਿਸ ਜੋਰਾ ਸਿੰਘ ਕਮਿਸ਼ਨ ਹੋਵੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਹੋਵੇ ਜਾਂ ਵੱਖ ਵੱਖ ਸਿੱਟਾਂ ਬਣ ਗਈਆਂ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸਿੱਖਾਂ ਦੇ ਹਿਰਦੇ ਉਨਾ ਸਮਾਂ ਸ਼ਾਂਤ ਨਹੀਂ ਹੋਣਗੇ ਜਿੰਨਾ ਚਿਰ ਸਾਨੂੰ ਰਿਜ਼ਲਟ ਨਹੀਂ ਮਿਲਦਾ ਇਹ ਰਿਪੋਰਟ ਦੇ ਵਿੱਚ ਜਿਵੇਂ ਡੇਰਾ ਮੁਖੀ ਦਾ ਤਿੰਨੋਂ FIR ਦੇ ਵਿੱਚ ਨਾਂ ਦਰਜ ਕੀਤਾ ਤੁਸੀਂ ਇਹ ਦੇਖੋ ਵੀ ਬੜੀ ਹੈਰਾਨੀਜਨਕ ਗੱਲ ਹੈ ਕਿ 2015 ਦੀ ਵਾਪਰੀ ਹੋਈ ਘਟਨਾ ਹੈ ਜੇ ਅਜੇ ਨਾਮ ਨੂੰ ਨਾਮਜ਼ਦ ਕਰਨ ਦੇ ਲਈ ਇੰਨਾ ਲੰਮਾ ਸਮਾਂ ਲੱਗ ਗਿਆ ਹੁਣ 2022 ਚੱਲ ਰਿਹਾ ਹੈ ਸੋ ਫਿਰ ਅਜੇ ਤਾਂ ਇਹ ਰਿਪੋਰਟ ਹੈ ਜਿਹੜੀ ਕੋਰਟ ਦੇ ਵਿੱਚ ਪੇਸ਼ ਕਰਨੀ ਹੈ ਬਹੁਤ ਲੰਮਾ ਪ੍ਰੋਸੈਸ ਹੈ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਮਸਲੇ ਤੇ ਇੰਨਾ ਲੰਮਾ ਸਮਾਂ ਲੱਗੂਗਾ ਦੋਸ਼ੀਆਂ ਨੂੰ ਇਹਦੇ ਨਾਲ ਜਿਹੜੇ ਇਸ ਤਰ੍ਹਾਂ ਦੇ ਫਿਰਕੂ ਘਟੀਆ ਅਨਸਰ ਨੇ ਸਮਾਜ ਵਿਰੋਧੀ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੁੰਦੇ ਨੇ ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਸੈਂਕੜਿਆਂ ਦੇ ਹਿਸਾਬ ਨਾਲ ਲਗਾਤਾਰ ਜਾਰੀ ਨੇ ਜੀ ਸੋ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਧਾਰਾ 295A ਹੈ ਉਹਦੇ ਵਿੱਚ ਵੀ ਸੋਧ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਏਡਾ ਲੰਮਾ ਸੰਘਰਸ਼ ਹੋਣ ਦੇ ਬਾਵਜੂਦ ਅਜੇ ਮੁੱਖ ਮੰਤਰੀ ਸਾਹਿਬ ਸਿਰਫ ਤੇ ਸਿਰਫ ਜਿਹੜੀ ਰਿਪੋਰਟ ਹੈ ਉਹ ਸਿੱਖ ਜਥੇਬੰਦੀਆਂ ਨੂੰ ਸੌਂਪ ਰਹੇ ਨੇ ਜਿਹੜੀ ਰਿਪੋਰਟ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਵੀ ਸਾਹਮਣੇ ਆ ਰਹੀਆਂ ਨੇ ਉਹ ਸਾਰਾ ਕੁਛ
ਸੋ ਇਸ ਕਰਕੇ ਸਾਡੀ ਤਸੱਲੀ ਉਹਨਾਂ ਸਮਾਂ ਨਹੀਂ ਹੁੰਦੀ ਜਿੰਨਾ ਸਮਾਂ ਜਿਹੜਾ ਬੇਅਦਬੀ ਘਟਨਾਕ੍ਰਮ ਦਾ ਮਾਸਟਰਮਾਈਂਡ ਗੁਰਮੀਤ ਰਾਮ ਰਹੀਮ ਹੈ ਇਹਦੇ ਤੇ ਬਣਦੀ ਕਾਰਵਾਈ ਨਹੀਂ ਹੁੰਦੀ ਜਾਂ ਗੋਲੀਕਾਂਡ ਦੇ ਮਾਸਟਰਮਾਈਂਡ ਸੁਮੇਰ ਸੈਣੀ ਤੇ ਸੁਖਵੀਰ ਬਾਦਲ ਨੇ ਜਿੰਨਾ ਸਮਾਂ ਉਹਨਾਂ ਤੇ ਪੂਰੀ ਕਾਰਵਾਈ ਨਹੀਂ ਹੁੰਦੀ ਉਹਨਾਂ ਸਮਾਂ ਅਸੀਂ ਸਮਝਾਂਗੇ ਕਿ ਸਿਰਫ ਐਫਰਟ ਕਰ ਕਰਕੇ ਸਾਨੂੰ ਦਿਖਾਇਆ ਜਾ ਰਿਹਾ ਕਿ ਅਸੀਂ ਬੇਅਦਬੀ ਦੇ ਮਸਲੇ ਤੇ ਕੰਮ ਹੈ ਜਿਹੜਾ ਬਹੁਤ ਕਰ ਰਹੇ ਹਾਂ ਜੀ। ਠੀਕ ਹੈ, ਮੱਝ ਸਭ ਲਾਈਨ ਤੇ ਰਹੇ ਹੋ, ਚਰਚਾ ਸਾਡੀ ਜਾਰੀ ਰਹੇਗੀ। ਮੇਰੇ ਸਹਿਯੋਗ ਗੁਰਪ੍ਰੀਤ ਵੀ ਸਾਡੇ ਨਾਲ ਇਸ ਪੈਨਲ 'ਚ ਨੇ। ਗੁਰਪ੍ਰੀਤ ਜੀ ਕੀ ਲੱਗਦਾ ਹੈ? ਦੇਖੋ ਡੇਰਾ ਮੁਖੀ ਦਾ ਵਾਰ ਵਾਰ ਜ਼ਿਕਰ ਹੋ ਰਿਹਾ ਹੈ, ਡੇਰਾ ਮੁਖੀ ਦਾ ਵਾਰ ਵਾਰ ਜ਼ਿਕਰ ਇਸ ਤਰ੍ਹਾਂ ਨਾਲ ਹੋ ਰਿਹਾ ਹੈ, ਤਫਤੀਸ਼ 'ਚ ਜ਼ਿਕਰ ਹੋ ਰਿਹਾ ਹੈ, ਪਰ ਕਾਰਵਾਈ ਕਿੱਥੇ ਖੜੀ ਹੈ? ਜਿਸ ਹਿਸਾਬ ਨਾਲ 2015 ਦੇ ਮਾਮਲੇ ਸੀ, ਕਿ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਇਨਸਾਫ ਦੇ ਅਸੀਂ ਨੇੜੇ ਖੜੇ ਹਾਂ ਜਾਂ ਹਾਲੇ ਹੋਰ ਇੰਤਜ਼ਾਰ ਕਰਨਾ ਪਏਗਾ ਸਿੱਖਾਂ ਦਾ? देखो जिस तरीके दे नाल कृष्ण इहदे च एक तां इह है कि जिवें माझी कह रहे हैगे उस तरीके दे नाल टाइम तां खैर बहुत जिहड़ा हैगा वेस्ट होया, टाइम बहुत ज़ाया होया। 7 साल लंघ गया 2015 तों लैके, तुसीं इह देख लो कि 6.5-7 साल दा समां जिहड़ा ओह गुजर गया, और इस पूरे टाइम दे दौरान बहुत सारे जिहड़े एविडेंस है वह वॉश ऑफ हो जाते हैं, बहुत सारे गवाह ने जिहड़े ਉਹ ਮੁੱਕਰ ਜਾਂਦੇ ਆ, ਕਈ ਇੱਧਰ ਉੱਧਰ ਹੋ ਜਾਂਦੇ। ਸੋ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਇੰਨੇ ਟਾਈਮ ਦੇ ਵਿੱਚ, ਜਿਵੇਂ ਕਹਿੰਦੇ ਜਸਟਿਸ ਲੇਟ ਇਜ਼ ਜਸਟਿਸ ਡਿਨਾਈਡ, ਤਾਂ ਇਸ ਮਾਮਲੇ ਦੇ ਵਿੱਚ ਇਹ ਹੋਇਆ। ਪਰ ਕੁੱਲ ਮਿਲਾ ਕੇ ਇਹ ਹੈ ਕਿ ਹੁਣ ਜਦੋਂ SIT ਦੀ ਰਿਪੋਰਟ ਸਾਹਮਣੇ ਆਈ ਹੈ, ਦੋ ਚੀਜ਼ਾਂ, ਇੱਕ ਤਾਂ ਜਿਹੜੀ ਮਾਝੀ ਵੀ ਗੱਲ ਕਰ ਰਹੇ ਆ ਕਿ ਬਾਈਬਲ ਕਲਾਂ ਵਾਲੀ, ਦੋਵਾਂ ਚੀਜ਼ਾਂ ਨੂੰ ਇੱਕ ਤਾਂ ਥੋੜ੍ਹਾ ਅਲੱਗ ਕਰਕੇ ਦੇਖਣ ਦੀ ਲੋੜ ਹੈ। ਇਹ ਹੈਗੀ ਬੇਅਦਬੀ ਦੀ ਰਿਪੋਰਟ, ਜਿਹੜੀਆਂ 3 FIRs ਪਹਿਲਾਂ ਬੁਰਜਵਾਰ ਸਿੰਘ ਵਾਲਾ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਹੈ ਉਹ ਚੋਰੀ ਹੋਏ, ਉਸ ਤੋਂ ਬਾਅਦ ਫਿਰ ਪੀਰ ਵਾਲਾ ਗੇਟ ਤੇ ਜਿਹੜੇ 2 ਪੋਸਟਰ ਲੱਗੇ ਜਿਨ੍ਹਾਂ ਦੇ ਵਿੱਚ ਸਿੱਖ ਭਾਈਚਾਰੇ ਨੂੰ ਲਲਕਾਰਿਆ ਗਿਆ, ਡੈਫਾਮੇਟਰੀ ਬੜੀ ਲੈਂਗੁਏਜ ਜਿਹੜੀ ਉਹਨਾਂ ਨੇ ਇਸਤੇਮਾਲ ਕੀਤੀ, ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਭੰਗ ਕੀਤੇ ਗਏ, ਤੇ ਫਿਰ ਗਲੀਆਂ ਦੇ ਵਿੱਚ ਖਲਾਰਨ ਵਾਲਾ ਜਿਹੜਾ ਕਾਂਡ ਹੈ ਉਹ ਇਹਨਾਂ ਲੋਕਾਂ ਨੇ ਕੀਤਾ। ਉਹ ਇਹਨਾਂ 3 ਮਾਮਲਿਆਂ ਦੀ ਹੈ ਇਹ ਜਿਹੜੀ ਪੂਰੀ ਜਾਂਚ ਰਿਪੋਰਟ ਹੈ। ਬਾਈਬਲ ਕਲਾਂ ਵਾਲਾ ਜਿਹੜਾ ਉਹ ਇੱਕ ਅਲੱਗ ਮੈਟਰ ਹੈ, ਪਰ ਕੁੱਲ ਮਿਲਾ ਕੇ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਜਦੋਂ ਐਜ਼ ਅ ਮੇਨ ਕਨਸਪੀਰੇਟਰ ਗੁਰਮੀਤ ਰਾਮ ਰਹੀਮ ਸਿੰਘ ਨੂੰ ਹੁਣ ਪੁਲਿਸ ਜੋੜ ਰਹੀ ਹੈ, ਇਸ ਤੋਂ ਪਹਿਲਾਂ ਨਹੀਂ ਸੀ ਜੋੜਿਆ ਗਿਆ, ਬੇਸ਼ੱਕ 2 ਸਰਕਾਰਾਂ ਰਹਿ ਗਈਆਂ ਹਨ, ਤਾਂ ਜੇ ਹੁਣ ਉਹਦਾ ਨਾਮ ਆ ਰਿਹਾ ਔਰ ਬਾਕੀ ਦੇ ਜਿਹੜੇ ਲੋਕ ਨੇ ਉਹਨਾਂ ਦਾ ਨਾਮ ਆ ਰਿਹਾ, ਤਾਂ ਹੋ ਸਕਦਾ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਹੁਣ ਜਦੋਂ ਪੁਲਿਸ ਐਵੀਡੈਂਸ ਦੇ ਨਾਲ ਚੱਲ ਰਹੀ ਹੈ ਤਾਂ ਇਹਨਾਂ ਲੋਕਾਂ ਨੂੰ ਫਿਰ ਅਦਾਲਤ ਦੇ ਕਟਹਿਰੇ 'ਚ ਖੜਾ ਕੀਤਾ ਜਾਊਗਾ। ਫਿਰ ਅਦਾਲਤ ਦੇ ਉਹਦੇ 'ਤੇ ਡਿਪੈਂਡ ਕਰਦਾ ਕਿ ਉਹ ਕੀ ਫੈਸਲਾ, ਉਹਨੂੰ ਐਵੀਡੈਂਸ ਕਿੰਨੇ ਕੁ ਸੈਟਿਸਫਾਈ ਕਰਦੇ ਔਰ ਉਹ ਕਿਸ ਤਰ੍ਹਾਂ ਦਾ ਫੈਸਲਾ ਜਾਂ ਕਿਸ ਤਰ੍ਹਾਂ ਦਾ ਜਿਹੜਾ ਅਦਾਲਤ ਦਾ ਓਪੀਨੀਅਨ ਆਉਂਦਾ ਇਹਦੇ 'ਤੇ। ਬਿਲਕੁਲ ਮੱਝ ਸਾਹਿਬ, ਇਹ ਵੀ ਮੈਂ ਜਾਣਨਾ ਚਾਹਾਂਗਾ, ਦੇਖੋ ਤੁਸੀਂ ਦੀਵਾਨ ਉੱਥੇ ਲਾਇਆ ਸੀ, ਮੈਨੂੰ ਯਾਦ ਹੈ ਕਿ ਉਸ ਤੋਂ ਬਾਅਦ ਵੱਡੀ ਗਿਣਤੀ 'ਚ ਡੇਰਾ ਸਮਰਥਕ ਡੇਰੇ ਤੋਂ ਟੁੱਟੇ ਸੀ, ਇਹ ਵੀ ਇੱਕ ਵੱਡਾ ਫੈਕਟਰ ਮੰਨਿਆ ਜਾ ਰਿਹਾ। ਪਰ ਤਫਤੀਸ਼ ਜਿਹੜੀ ਰਿਪੋਰਟ ਕੱਲ੍ਹ ਸਬਮਿਟ ਕੀਤੀ ਗਈ ਹੈ, ਜਿਹੜੀ ਲੀਡਰਾਂ ਨੂੰ ਦਿੱਤੀ ਗਈ ਹੈ, ਸਿੱਖ ਆਗੂਆਂ ਨੂੰ ਦਿੱਤੀ ਗਈ ਹੈ, ਉਸ 'ਚ MSG ਫਿਲਮ ਦਾ ਵੀ ਵਾਰ ਵਾਰ ਜ਼ਿਕਰ ਹੋ ਰਿਹਾ। ਬੇਅਦਬੀ ਦੀਆਂ ਘਟਨਾਵਾਂ 'ਤੇ ਤੁਸੀਂ ਜੜ ਮੰਨਦੇ ਕੀ ਹੋ ਕਿ ਆਖਿਰਕਾਰ ਕਿਉਂ ਇਹ ਸਭ ਕੁਛ ਹੋਇਆ? ਦੇਖੋ ਪੰਜਾਬ ਗੁਰਾਂ ਦੇ ਨਾਂ 'ਤੇ ਵੱਸਦਾ ਹੈ, ਪੰਜਾਬ 'ਚ ਇਸ ਤਰ੍ਹਾਂ ਦੀਆਂ ਕੁਝ ਜੀਆਂ ਹਰਕਤਾਂ ਦੇ ਪਿੱਛੇ ਬਹੁਤ ਵੱਡੀਆਂ ਸ਼ਕਤੀਆਂ ਹੋ ਸਕਦੀਆਂ ਨੇ। 15 ਦੇ ਵਿੱਚ ਵਾਪਰਿਆ, ਇਹਦੀਆਂ ਜੜ੍ਹਾਂ ਜਿਹੜੀਆਂ ਹੈਗੀਆਂ ਨੇ ਉਹ 2007 ਦੇ ਵਿੱਚ ਲੱਗ ਰਹੀਆਂ ਨੇ। ਭਾਵੇਂ ਕਿ ਜਿਹੜੇ ਆਪਾਂ ਦੀਵਾਨ ਲਾਏ ਬੁਰਜ ਜਵਾਹਰ ਸਿੰਘ ਵਾਲੇ ਉਹਦਾ ਜ਼ਿਕਰ ਵੀ ਆਉਂਦਾ ਹੈ ਜਾਂ MSG ਫਿਲਮ ਦਾ ਜ਼ਿਕਰ ਵੀ ਆਉਂਦਾ ਹੈ, ਪਰ ਮੈਂ ਕਹਿਣਾ ਚਾਹੁੰਦਾ ਕਿ ਜਦੋਂ 2007 ਦੇ ਮਈ ਮਹੀਨੇ ਦੇ ਵਿੱਚ ਸਲਾਵਤਪੁਰੇ ਦੇ ਵਿੱਚ ਸਵਾਂਗ ਰਚਿਆ ਸੀਗਾ ਸੌਦਾ ਸਾਧ ਨੇ, 295 ਇਹਦਾ ਪਰਚਾ ਪਾਇਆ ਗਿਆ ਸੀਗਾ, ਪਰ ਵਿਧਾਨ ਸਭਾ ਚੋਣਾਂ ਤੋਂ ਜਿਹੜੀਆਂ 2012 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ, ਵਿਧਾਨ ਸਭਾ ਚੋਣਾਂ ਤੋਂ ਲਗਭਗ 5 ਦਿਨ ਪਹਿਲਾਂ ਉਸ ਕੇਸ ਦੇ ਵਿੱਚੋਂ ਸੌਦਾ ਸਾਧ ਨੂੰ ਕੱਢ ਦਿੱਤਾ ਗਿਆ ਸੀਗਾ। ਤਾਂ ਇਹਦੇ ਨਾਲ ਕੀ ਹੁੰਦਾ ਕਿ ਉਹਦੇ ਹੌਸਲੇ ਇੰਨੇ ਬੁਲੰਦ ਹੋ ਗਏ ਕਿ ਉਹਨੇ ਆਪਣੇ ਚੇਲਿਆਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਤੱਕ ਕਰਵਾ ਦਿੱਤੀਆਂ 15 ਦੇ ਵਿੱਚ। ਜੇ ਉਹਨੂੰ 2017 ਦੇ ਵਿੱਚ ਜਦੋਂ ਬਾਦਲ ਸਰਕਾਰ ਸੀਗੀ ਉਸੇ ਵਕਤ ਉਹਨੂੰ ਉੱਥੇ ਖੋਕਿਆ ਹੁੰਦਾ, ਉਹਦੇ ਤੇ ਬਣਦੀ ਕਾਰਵਾਈ ਹੋਈ ਹੁੰਦੀ, ਤਾਂ ਉਹਦੀ ਅੱਗੇ ਵਧਣ ਦੀ ਜਿਹੜੀ ਜ਼ਰੂਰਤ ਹੈ ਉਹ ਨਹੀਂ ਸੀ ਪੈਣੀ। ਸੋ ਮੈਨੂੰ ਲੱਗਦਾ ਕਿ 2007 ਵਾਲੇ ਕੇਸ ਵਿੱਚੋਂ ਉਹਨੂੰ ਬਚਾਉਣ ਕਰਕੇ ਹੀ ਉਹਦਾ ਏਡਾ ਵੱਡਾ ਹੌਸਲਾ ਬਣ ਗਿਆ ਕਿ ਪੂਰੀ ਮਨੁੱਖਤਾ, ਕੀ ਹਿੰਦੂ ਕੀ ਮੁਸਲਮਾਨ ਗੈਰ ਸਿੱਖ ਵੀ ਜਿਸ ਗੁਰੂ ਗ੍ਰੰਥ ਸਾਹਿਬ ਅੱਗੇ ਸ਼ਰਧਾ ਸਤਿਕਾਰ ਨਾਲ ਮੱਥਾ ਟੇਕਦੇ ਹੈ, ਉਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪੰਜਾਬ ਦੀ ਧਰਤੀ ਤੇ ਅੰਕ ਅੰਕ ਖਿਲਾਰਨ ਵਰਗੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ,
ਇਹਦੀਆਂ ਜਿਹੜੀਆਂ ਜਨਾ 2007 ਵਿੱਚ ਪਈਆਂ ਨੇ ਔਰ ਇਹਦੇ ਨਾਲ ਨਾਲ ਜਿੱਥੇ ਦੀਵਾਨਾਂ ਦੇ ਵਿੱਚ ਜਦੋਂ ਅਸੀਂ ਗੁਰੂ ਦੀ ਇਤਿਹਾਸ ਦੀ ਆਪਣੇ ਵਿਰਸੇ ਦੀ ਗੱਲ ਕੀਤੀ ਤਾਂ ਜਿਹੜੇ ਸਾਡੇ ਭੈਣ ਭਰਾ ਮਤਲਬ ਇਹਨਾਂ ਸਾਧਾਂ ਦੇ ਚੱਕਰਾਂ ਵਿੱਚ ਫਸੇ ਹੋਏ ਸੀਗੇ ਜਦੋਂ ਇਹ ਸਿੱਖੀ ਨਾਲ ਜੁੜਨ ਲੱਗੇ ਤਾਂ ਉਹ ਸੌਦਾ ਸਾਧ ਨੂੰ ਬਹੁਤ ਜ਼ਿਆਦਾ ਘਬਰਾਹਟ ਹੋਈ ਜਿਹੜੇ ਉਹਨਾਂ ਦੇ ਮੇਨ ਬੰਦੇ ਸੀ ਉਹਨਾਂ ਦੇ ਰਾਹੀਂ ਮਹਿੰਦਰਪਾਲ ਬਿੱਟੂ ਵਰਗਿਆਂ ਦੇ ਰਾਹੀਂ ਸੌਦਾ ਸਾਧ ਨੂੰ ਇਹ ਸਾਰੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਇਹ ਬਹੁਤ ਨੀਵੇਂ ਪੱਧਰ ਦੀ ਹਰਕਤ ਕੀਤੀ ਹੈ ਮੈਂ ਕਹਿਣਾ ਇਹ ਚਾਹੁੰਦਾ ਕਿ ਇਹ ਘਟਨਾਵਾਂ ਜਿਹੜੀਆਂ ਨੇ ਰੁਕ ਨਹੀਂ ਰਹੀਆਂ ਅਜੇ ਵੀ ਲਗਾਤਾਰ ਵਾਪਰ ਰਹੀਆਂ ਨੇ ਇਹਦਾ ਮਤਲਬ ਹੈ ਕਿ ਸਾਡਾ ਜਿਹੜਾ ਕਾਨੂੰਨ ਬਣਿਆ ਹੋਇਆ ਬੇਅਦਬੀ ਦੇ ਮਸਲੇ ਤੇ ਉਹ ਬਹੁਤ ਹੀ ਕਹਿ ਲਓ ਵੀ ਇਹਦੇ ਵਿੱਚ ਮੁਲਜ਼ਮ ਨੂੰ ਕੋਈ ਸਖ਼ਤ ਸਜ਼ਾ ਨਹੀਂ ਹੁੰਦੀ ਹੁਣ ਹੋਊਗਾ ਕੀ ਜਿਹੜੀਆਂ ਧਾਰਾਵਾਂ ਲਾਈਆਂ ਜਾ ਰਹੀਆਂ ਨੇ ਉਹ ਉਹਨਾਂ ਦੇ ਵਿੱਚ ਕੀ ਹੋਊਗਾ ਸਨਮਾਨਯੋਗ ਆਪਣੇ ਕਾਨੂੰਨੀ ਮਾਹਰ ਬੈਠੇ ਇਹਨਾਂ ਨੂੰ ਪੁੱਛੋ ਵੀ ਜੇ ਸਾਬਤ ਹੋ ਜਾਂਦਾ ਰਾਮ ਰਹੀਮ ਉਹਨੂੰ ਸਜ਼ਾ ਕੀ ਮਿਲੂਗੀ ਫਿਰ ਇਸ ਤੋਂ ਬਾਅਦ ਜੇ ਸਜ਼ਾ ਉਹੀ ਉਹਨੂੰ ਫਿਰ ਜ਼ਮਾਨਤ ਮਿਲ ਜਾਣੀ ਹੈ ਜਾਂ ਫਿਰ ਮਤਲਬ ਉਹਨੂੰ ਉਮਰ ਕੈਦ ਹੋਣੀ ਨੀ ਜਿਹੜਾ ਕਿ ਕਾਨੂੰਨ ਵਿੱਚ ਇਸ ਤਰ੍ਹਾਂ ਦਾ ਕੁਛ ਦਿੱਤਾ ਨਹੀਂ ਹੋਇਆ ਤਾਂ ਫਿਰ ਇਹ ਤਾਂ ਬਹੁਤ ਨੁਕਸਾਨਦਾਇਕ ਹੈ ਜੀ ਏਡੇ ਵੱਡੇ ਪੱਧਰ ਤੇ ਲੋਕ ਮੁਜ਼ਾਹਰੇ ਕਰਨ ਰੋਸ ਕਰਨ ਲੜਾਈ ਲੜਨ ਜੇ ਉਹ ਨਤੀਜੇ ਤੇ ਪਹੁੰਚਦਾ ਇੱਥੇ ਮੈਂ ਇੱਕ ਨਾਂ ਲੈਣਾ ਚਾਹੁੰਦਾ ਦੋ ਥਾਵਾਂ ਤੇ ਭਾਵੇਂ ਵੱਖਰਾ ਵਿਸ਼ਾ ਦੋ ਥਾਵਾਂ ਤੇ ਬੇਅਦਬੀ ਕਰਨ ਵਾਲਾ ਬੰਦਾ ਪਿੰਡ ਗੱਲਾ ਤੇ ਤਰਖਾਣ ਮਾਜਰਾ ਦੇ ਵਿੱਚ ਬੇਅਦਬੀ ਕੀਤੀ ਇੱਕ ਬੰਦੇ ਨੇ ਉਹ ਬੰਦਾ ਹੁਣ ਜ਼ਮਾਨਤ ਤੇ ਬਾਹਰ ਤੁਰਿਆ ਫਿਰਦਾ ਸੋ ਇਸ ਕਰਕੇ ਜਿਹੜੀਆਂ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਫਟਾਫਟ ਜ਼ਮਾਨਤਾਂ ਮਿਲਦੀਆਂ ਨੇ ਇਹਦਾ ਹੱਲ ਹੈ ਜਿਹੜਾ ਉਹ ਸੈਂਟਰ ਸਰਕਾਰ ਨੂੰ ਕਰਨਾ ਚਾਹੀਦਾ ਜਿਵੇਂ ਵੱਖ ਵੱਖ ਕਾਨੂੰਨਾਂ ਦੇ ਵਿੱਚ ਸੋਧਾਂ ਹੋਈਆਂ ਨੇ ਇਸੇ ਤਰ੍ਹਾਂ 295 ਏ ਸਮੇਤ ਇਹ ਧਾਰਾਵਾਂ ਦੇ ਵਿੱਚ ਵੀ ਸਖ਼ਤ ਹੋਣੀਆਂ ਚਾਹੀਦੀਆਂ ਨੇ ਇਹਦੇ ਵਿੱਚ ਸੋਧਾਂ ਹੋਣੀਆਂ ਚਾਹੀਦੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮੇਤ ਭਾਵੇਂ ਪਵਿੱਤਰ ਗੀਤਾ ਹੋਵੇ ਜਾਂ ਕੁਰਾਨ ਸ਼ਰੀਫ ਹੋਵੇ ਕਿਸੇ ਵੀ ਧਰਮ ਗ੍ਰੰਥ ਦੇ ਖਿਲਾਫ਼ ਕੋਈ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਦਾ ਜਾਂ ਉਹਨੂੰ ਖੰਡਿਤ ਕਰਦਾ ਅਪਮਾਨਿਤ ਕਰਦਾ ਉਹਨਾਂ ਤੇ ਸਖ਼ਤ ਕਾਰਵਾਈ ਹੋਵੇ ਜੀ ਬਿਲਕੁਲ ਸੁਖਰਾਜ ਜੀ ਦੇਖੋ ਤਿੰਨ ਸਰਕਾਰਾਂ ਪੰਜਾਬ ਦੀਆਂ 2015 'ਚ ਅਕਾਲੀ ਦਲ ਬੀਜੇਪੀ ਦੀ ਸਰਕਾਰ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਅਤੇ ਫਿਰ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਅਤੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੇਂਦਰ ਦੀ ਸਰਕਾਰ ਦਾ ਅਸੀਂ ਇਸ ਕਰਕੇ ਜ਼ਿਕਰ ਕਰ ਰਹੇ ਕਿਉਂਕਿ ਬੇਅਦਬੀ ਦੇ ਮਾਮਲੇ CBI ਦੇ ਕੋਲ ਵੀ ਸੀ CBI ਨੇ ਕਲੋਜ਼ਰ ਰਿਪੋਰਟ ਦਾਖਲ ਕੀਤੀ ਸੀ ਕਿ ਸਾਨੂੰ ਭਾਈ ਕੋਈ ਸਬੂਤ ਨਹੀਂ ਮਿਲਿਆ ਡੇਰੇ ਵਾਲਿਆਂ ਦੇ ਖਿਲਾਫ਼ ਪਰ ਇਹਨਾਂ ਮਾਮਲਿਆਂ ਦੇ ਵਿੱਚ ਦੇਰੀ ਦੇ ਮਾਇਨੇ ਤੁਹਾਨੂੰ ਕੀ ਲੱਗ ਰਹੇ ਨੇ ਦੂਜਾ ਵੱਡਾ ਸਵਾਲ ਇਹ ਹੈ ਕਿ ਬੇਅਦਬੀ ਦੇ ਮਾਮਲੇ 'ਚ ਸੌਂਪੀ ਰਿਪੋਰਟ ਤੋਂ ਬਾਅਦ ਲੱਗਦਾ ਹੈ ਕਿ ਗੋਲੀਕਾਂਡ ਦੇ ਮਾਮਲਿਆਂ ਦਾ ਨਿਪਟਾਰਾ ਵੀ ਜਲਦ ਹੋਏਗਾ ਦੇਖੋ ਜੀ ਗੱਲ ਆ ਤੁਸੀਂ ਬੇਅਦਬੀ ਤੇ ਕਰ ਰਹੇ ਹੋ ਮੈਂ ਬੇਅਦਬੀ ਤੇ ਲੈ ਕੇ ਆਉਣਾ ਜੀ ਬਿਲਕੁਲ ਸਾਡੇ ਇਸ ਦੀ ਬੇਅਦਬੀ ਹੁੰਦੀ ਆ 1 ਜੂਨ 2015 ਨੂੰ ਸਰੂਪ ਚੋਰੀ ਕਰ ਲਏ ਜਾਂਦੇ ਆ ਜੀ ਤਾਂ ਬੇਅਦਬੀ ਦੀ ਵਿੱਚ ਭੂਮਿਕਾ ਨਿਭਾਉਣ ਵਾਲਾ ਗੁਰਦੇਵ ਪ੍ਰੇਮੀ ਜਿਹੜਾ ਬੁਰਜ ਜਵਾਹਰ ਸਿੰਘ ਵਾਲੇ ਪਿੰਡ ਦਾ ਜਿਹਦੀ ਉੱਤੇ ਦੁਕਾਨ ਆ ਜਿਹਦਾ ਥੋੜੇ ਟਾਈਮ ਬਾਅਦ ਮਰਡਰ ਵੀ ਹੁੰਦਾ ਉੱਥੇ ਜੇ ਉਹ ਬੰਦੇ ਦਾ ਇੱਕ ਮਰਡਰ ਅਣਪਛਾਤੇ ਬੰਦਿਆਂ ਵੱਲੋਂ ਕਰ ਦਿੱਤਾ ਜਾਂਦਾ ਜਿਹੜੇ ਅਸਲ 'ਚ ਵਾਕਈ ਅਣਪਛਾਤੇ ਹੁੰਦੇ ਆ ਕਿਸੇ ਜਥੇਬੰਦੀ ਨਾਲ ਲਿੰਕ ਨਹੀਂ ਹੁੰਦੇ ਜਿਹੜੇ ਨੌਜਵਾਨਾਂ ਨੂੰ ਦਰਦ ਹੁੰਦਾ ਕਿ ਇਹਨਾਂ ਨੇ ਇੱਦਾਂ ਦਾ ਕੀਤਾ ਤੇ ਉਹਦਾ ਉੱਥੇ ਉਹਨੂੰ ਕਤਲ ਕਰ ਦਿੰਦੇ ਆ ਤਾਂ ਇਹੀ ਪ੍ਰਸ਼ਾਸਨ ਇਹੀ ਪੰਜਾਬ ਪੁਲਿਸ ਉਸ ਅਣਪਛਾਤੇ ਵਿਅਕਤੀਆਂ ਨੂੰ ਕੁਝ ਕੁ ਸਮੇਂ ਦੇ ਵਿੱਚ ਲੱਭ ਕੇ ਉਹਨਾਂ ਤੇ ਕੇਸ ਚਲਾ ਕੇ ਉਹਨਾਂ ਨੂੰ ਅੱਜ ਉਮਰ ਕੈਦ ਸਜ਼ਾ ਵੀ ਭੁਗਤਣੀ ਪੈ ਰਹੀ ਆ ਕੋਰਟ ਦੇ ਵਿੱਚੋਂ ਕੋਰਟ ਦੇ ਰਾਹੀਂ ਇਹਨਾਂ ਅਦਾਲਤਾਂ ਦੇ ਰਾਹੀਂ ਤੇ ਕੀ ਗੱਲ ਹੋ ਗਈ ਜੇ 7 ਸਾਲ ਸਾਡੇ ਗੁਰੂ ਘਰਾਂ ਦੇ ਵਿੱਚ ਬੇਅਦਬੀਆਂ ਹੋ ਰਹੀਆਂ ਅਲੱਗ ਅਲੱਗ ਥਾਵਾਂ ਤੇ ਬੇਅਦਬੀਆਂ ਹੋ ਰਹੀਆਂ ਪੂਰੇ ਪੰਜਾਬ ਦੇ ਵਿੱਚ ਮੈਂ ਕਹਾਂ 400 ਤੋਂ ਵੱਧ ਵਾਰ ਬੇਅਦਬੀਆਂ ਪੂਰੇ ਪੰਜਾਬ ਦੇ ਵਿੱਚ ਪਿਛਲੇ 7 ਸਾਲਾਂ ਤੋਂ ਲੈ ਕੇ ਅੱਜ ਤੱਕ ਹੋ ਗਈਆਂ ਗੁਰਦੁਆਰਿਆਂ ਨੂੰ ਅੱਗਾਂ ਤੱਕ ਲੱਗ ਗਈਆਂ ਤਾਂ ਫਿਰ ਉਸ ਪ੍ਰਸ਼ਾਸਨ ਨੇ ਜਾਂ ਉਸ ਸਰਕਾਰਾਂ ਨੇ ਅੱਜ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ ਇੱਕ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਸੰਦਰਭ ਦੇ ਵਿੱਚ ਹੋਏ ਕਤਲ ਨੂੰ ਤਾਂ ਕਾਤਲਾਂ ਨੂੰ ਫੜ ਕੇ ਉਮਰ ਕੈਦ ਤੱਕ ਦੀ ਸਜ਼ਾ ਉਸੇ ਫਰੀਦਕੋਟ ਦੀ ਅਦਾਲਤ ਦੇ ਵਿੱਚੋਂ ਮਿਲ ਰਹੀ ਹੈ ਜਿਹੜੀ ਦੇ ਵਿੱਚ ਬੇਅਦਬੀ ਦਾ ਕੇਸ ਚੱਲ ਰਿਹਾ ਜਿਹੜੇ ਗਵਾਹ ਜਾਂ ਜਿਹੜੇ ਬੇਅਦਬੀ ਕਰਨ ਵਾਲੇ ਮੰਨ ਰਹੇ ਆ ਕਿ ਬੇਅਦਬੀ ਇਹਨਾਂ ਨੇ ਕੀਤੀ ਆ ਇਹਨਾਂ ਨੇ ਕਰਾਈ ਆ ਤੇ ਇਹਨਾਂ ਦੇ ਫਲਾਣੇ ਫਲਾਣੇ ਬੰਦਿਆਂ ਦੀ ਟੀਮ ਹੈ ਉਹਨਾਂ ਨੂੰ ਤਾਂ ਅੱਜ ਤੱਕ ਕੋਈ ਸਜ਼ਾ ਨਹੀਂ ਮਿਲ ਰਹੀ ਠੀਕ ਹੈ ਗੁਰਪ੍ਰੀਤ ਇੱਥੇ ਸਭ ਤੋਂ ਵੱਡਾ ਫੈਕਟ ਹੈ ਨਾ ਜਿਹੜਾ ਉਹ MSG ਦਾ ਮਸੰਜਰ ਆਫ ਗੋਡ ਜਿਹੜੀ ਫਿਲਮ ਆਈ ਸੀ ਹਾਲਾਂਕਿ ਪੰਜਾਬ 'ਚ ਵੱਡੇ ਪੱਧਰ 'ਤੇ ਪੋਸਟਰਾਂ ਦੀ ਰਾਖੀ ਪੰਜਾਬ ਪੁਲਿਸ ਦੇ ਮੁਲਾਜ਼ਮ ਉਸ ਵੇਲੇ ਕਰਦੇ ਸੀ ਪਰ MSG ਫਿਲਮ ਨੂੰ ਲੈ ਕੇ
जिहड़ी नवीं तफ्तीश है वह की कुछ बयान कर रही है। देखो वड्डे वड्डे अदाकारा दीआं डीलिंगां दा वी कई समय ते जिक्र होया पर की लगता है कि कई दीआं मुश्किलां वध सकदीआं ने। नहीं देखो हुण इस मामले दे विच जिहड़े आपां मेन जिहड़े लोग नॉमीनेट होए ने उहदे ते हुण आ गई है सारी गल कृष्ण। जिहड़ी रिपोर्ट हैगी हालांकि जांच हले अगे होर हो सकदी है पर हुण जांच जिस जिथों जिथों निकल के आ गई उत्थों उत्थे जे आपां गल करिए तो उत्थे हुण नौ जिहड़े लोग ने अठ जां नौ लोग ने जिहड़े डेरा सच्चा सौदा दा मुखी है जिहड़ा गुरमीत राम रहीम सिंह उहदे सणे ਤਾਂ ਇਹਨਾਂ ਲੋਕਾਂ ਨੂੰ ਹੁਣ ਇਹਦੇ ਚ ਨੋਮੀਨੇਟ ਕੀਤਾ ਗਿਆ। ਇਸ ਤੋਂ ਇਲਾਵਾ ਤਿੰਨ ਐਬਸਕੌਂਡਿੰਗ ਜਿਹੜੇ ਹਰਸ਼ ਧੂਰੀ ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨਾਂ ਦੇ ਤਿੰਨ ਸ਼ਖਸ ਨੇ ਜਿਹੜੇ ਹਾਲੇ ਤੱਕ ਗ੍ਰਿਫਤਾਰ ਨਹੀਂ ਹੋਏ ਤੇ ਇਹ ਭਗੌੜਾ ਕਰਾਰ ਦਿੱਤੇ ਗਏ ਇਹ ਲੋਕ ਨੇ। MSG ਵਾਲੀ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਤੱਥ ਜ਼ਰੂਰ ਨਿਕਲ ਕੇ ਸਾਹਮਣੇ ਆਇਆ ਰਿਪੋਰਟ ਦੇ ਵਿੱਚ ਜਾਂਚ ਦੇ ਵਿੱਚ ਕਿ ਮਹਿੰਦਰਪਾਲ ਬਿੱਟੂ ਔਰ ਉਹਦੇ ਸਾਥੀ ਜਿਹੜੇ ਹੈ ਉਹ MSG 2 ਉਦੋਂ ਰਿਲੀਜ਼ ਹੋਈ ਸੀ ਅਤੇ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਨੇ ਇਹਦਾ ਵਿਰੋਧ ਕੀਤਾ ਸੀ। ਇਹ ਫਿਲਮ ਨਹੀਂ ਸੀ ਲੱਗਣ ਦਿੱਤੀ ਕਿਉਂਕਿ ਇਹਦੇ ਵਿੱਚ ਇਸ ਤਰੀਕੇ ਦਾ ਰੰਗ ਰੂਪ ਇੱਕ ਤਾਂ ਬਣਾਇਆ ਹੋਇਆ ਸੀਗਾ ਇਸ ਤਰੀਕੇ ਦੀ ਦਿੱਖ ਲਈ ਹੋਈ ਸੀ ਜਿਹਦੇ 'ਤੇ ਸਿੱਖ ਭਾਈਚਾਰੇ ਨੂੰ ਇਤਰਾਜ਼ ਸੀਗਾ। ਇਸ ਤੋਂ ਇਲਾਵਾ ਫਿਲਮ ਦੀਆਂ ਕੁਛ ਹੋਰ ਚੀਜ਼ਾਂ ਨੂੰ ਲੈ ਕੇ ਵੀ ਇਤਰਾਜ਼ ਸੀ। ਸੋ ਉਹ ਫਿਲਮ ਨਹੀਂ ਸੀ ਰਿਲੀਜ਼ ਹੋਣ ਦਿੱਤੀ ਗਈ ਤਾਂ ਜਾਂਚ ਦੇ ਵਿੱਚ ਇਹ ਚੀਜ਼ ਜ਼ਰੂਰ ਹੈ ਕਿ MSG ਰਿਲੀਜ਼ ਨਹੀਂ ਹੋਣ ਦਿੱਤੀ ਗਈ। ਉਸ ਤੋਂ ਬਾਅਦ ਮਹਿੰਦਰਪਾਲ ਬਿੱਟੂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਹ ਸਾਜ਼ਿਸ਼ ਹੈਗੀ ਜਿਹੜੀ ਇਹ ਤਿਆਰ ਕਰਦਾ ਹੈ ਔਰ ਇਹਦੇ ਵਿੱਚ ਪੂਰਾ ਜਿਹੜਾ ਆਸ਼ੀਰਵਾਦ ਹੈਗਾ ਉਹ ਡੇਰੇ ਦੇ ਜਿਹੜੇ ਮੁਖੀ ਹੈ ਉਹਦਾ ਵੀ ਰਹਿੰਦਾ ਔਰ ਇਸ ਤੋਂ ਬਾਅਦ ਇਹ ਸਾਰੀ ਸਾਜ਼ਿਸ਼ ਤਿਆਰ ਕੀਤੀ ਜਾਂਦੀ ਹੈ ਫਿਰ ਇਹਦੇ 'ਚ ਹੋਰ ਲੋਕ ਸ਼ਾਮਿਲ ਹੁੰਦੇ ਆ ਫਿਰ ਇੱਕ ਬੜੇ ਜਿਹੜਾ ਕਹਿ ਲਈਏ ਕਿ ਔਰਗਨਾਈਜ਼ ਤਰੀਕੇ ਦੇ ਨਾਲ ਫਿਰ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੁੰਦੀ ਹੈ ਫਿਰ ਉਹਨਾਂ ਦੇ ਅੰਗ ਭੰਗ ਕੀਤੇ ਜਾਂਦੇ ਔਰ ਫਿਰ ਅੱਗੇ ਜੋ ਸਭ ਕੁਝ ਹੋਇਆ ਉਹ ਅਸੀਂ ਦੇਖਿਆ। ਹੁਣ ਇਹ ਹੈ ਕਿ ਨੋਮੀਨੇਟ ਜਿਹੜੇ ਲੋਕ ਹੋ ਗਏ ਉਹਨਾਂ 'ਤੇ ਆ ਗਈ ਹੈ ਗੱਲ ਜਾਂਚ ਰਿਪੋਰਟ ਜਿੱਥੋਂ ਜਿੱਥੋਂ ਜਾਂਚ ਟੀਮ ਹੈ ਜਿਹੜੀ ਜਿੱਥੋਂ ਜਿੱਥੋਂ ਨਿਕਲ ਆਈ ਉਹ ਸਾਡੇ ਸਾਹਮਣੇ ਆ ਜਾਂਚ ਰਿਪੋਰਟ ਬੋਲ ਰਹੀ ਹੈ ਕਿ ਕੁਝ ਹੋਇਆ ਇਹਦੇ 'ਚ। ਹੁਣ ਜਿਹੜੇ ਲੋਕ ਨੋਮੀਨੇਟ ਨੇ ਉਹਨਾਂ ਦੀਆਂ ਸਜ਼ਾਵਾਂ ਕਿਵੇਂ ਹੁੰਦੀਆਂ ਨੇ ਇਹ ਅਹਿਮ ਸਵਾਲ ਹੈ। ਉਹਨਾਂ ਨੂੰ ਲੈ ਕੇ ਕੀ ਐਵੀਡੈਂਸ ਹੈਗੇ ਜਿਹੜੇ ਉਹ ਪੇਸ਼ ਕੀਤੇ ਜਾਣਗੇ ਹਾਲਾਂਕਿ SIT ਜਿਹੜੀ ਜਾਂਚ ਰਿਪੋਰਟ ਆ ਉਹਦੇ ਵਿੱਚ ਹੈ ਕਿ ਐਵੀਡੈਂਸ ਹੈਗੇ ਆ ਇਹਨਾਂ ਲੋਕਾਂ ਦੇ ਖਿਲਾਫ ਅਤੇ ਇਹਨਾਂ ਨੂੰ ਕਾਨੂੰਨ ਦੇ ਕਟਹਿਰੇ 'ਚ ਖੜਾ ਕੀਤਾ ਜਾਊਗਾ। ਪਰ ਹੁਣ ਉਹੀ ਗੱਲ ਹੈ ਕਿ ਅਦਾਲਤ ਨੂੰ ਜਿਹੜੇ ਉਹ ਐਵੀਡੈਂਸਿਸ ਜਿਹੜੇ ਦਿੱਤੇ ਜਾਣਗੇ ਜਿਹੜੇ ਸਬੂਤ ਜਿਹੜੇ ਲਿੰਕ ਕੀਤੀਆਂ ਜਾਣਗੀਆਂ ਚੀਜ਼ਾਂ ਹਾਲਾਂਕਿ CBI ਬਹੁਤ ਸਾਰੀਆਂ ਗੱਲਾਂ ਇਸ ਮਾਮਲੇ 'ਚ ਕਹਿੰਦੀ ਸੀ। CBI ਦੇ ਵੱਲੋਂ ਕਲੋਜ਼ਰ ਰਿਪੋਰਟ ਫਾਈਲ ਕਰਤੀ। CBI ਦਾ ਇਹ ਕਹਿਣਾ ਸੀ ਕਿ ਜਿਹੜਾ ਡਾਟਾ ਡੰਪ ਸਾਨੂੰ ਮਿਲਿਆ ਜਿਹੜੀਆਂ ਜਿਹੜੇ ਲੋਕ ਨੋਮੀਨੇਟ ਕੀਤੇ ਆ ਜਿਹੜੇ ਉਸ ਵਕਤ ਸਸਪੈਕਟ ਸੀਗੇ ਉਹਨਾਂ ਦੀਆਂ ਫੋਨ ਕਾਲਸ ਤੋਂ ਕੁਛ ਨਹੀਂ ਮਿਲਿਆ ਤਾਂ ਇਸ ਮਾਮਲੇ ਦੇ ਵਿੱਚ ਜਿਹੜੀ SIT ਆ ਉਹ ਇਹ ਕਹਿੰਦੀ ਹੈ ਕਿ ਜਿਹੜੇ ਜਿਸ ਤਰ੍ਹਾਂ ਦੇ ਸ਼ਾਤਿਰ ਅਪਰਾਧੀ ਹੁੰਦੇ ਆ ਉਹ ਅਕਸਰ ਆਪਣੇ ਫੋਨਸ ਜਾਂ ਆਫ ਕਰ ਦਿੰਦੇ ਆ ਜਾਂ ਘਟਨਾ ਵਾਲੀ ਥਾਂ ਤੋਂ ਦੂਰ ਰੱਖਦੇ ਆ ਸੋ ਇਸ ਆਧਾਰ 'ਤੇ ਤਾਂ ਇਹਨਾਂ ਨੂੰ ਛੱਡਿਆ ਨਹੀਂ ਜਾ ਸਕਦਾ। ਦੂਜੀ ਗੱਲ ਜਿਹੜੀ ਅਹਿਮ CBI ਦੇ ਵੱਲੋਂ ਉਹ ਲੈ ਗਏ ਸੀ ਕੁਝ ਸੈਂਪਲ ਲੈ ਗਏ ਸੀ ਜਿਹੜੇ ਪੋਸਟਰ ਲੱਗੇ ਸੀ ਉਹ ਮਾਰਕਰ ਦੇ ਨਾਲ ਤਿਆਰ ਹੋਏ ਸੀਗੇ। CBI ਨੇ ਉਹ ਚੀਜ਼ਾਂ ਦੇ ਵਿੱਚ ਵੀ ਥੋੜ੍ਹੀ ਹੈਗੀ ਜਿਹੜੀ ਢਿੱਲ ਦਿਖਾਈ। ਸੋ CBI ਦੀ ਕਲੋਜ਼ਰ ਰਿਪੋਰਟ ਦੇ ਸਾਹਮਣੇ ਜਿਹੜੀ SIT ਦੀ ਰਿਪੋਰਟ ਹੈ ਇਹਦੇ 'ਚ ਚੀਜ਼ਾਂ ਕਾਫੀ ਕੁਛ ਹੈ ਪਰ ਹੁਣ ਉਹੀ ਗੱਲ ਹੈ ਕਿ ਜਿਹੜੇ ਐਵੀਡੈਂਸਿਸ ਕੋਰਟ ਨੂੰ ਕਿੰਨਾ ਸੈਟਿਸਫਾਈ ਕਰਦੇ ਆ ਉਹਦੇ 'ਤੇ ਰਹੇਗੀ ਕਿ ਸਜ਼ਾ ਦੀ ਪ੍ਰਕਿਰਿਆ ਕਿੰਨੀ ਕੁ ਮਜ਼ਬੂਤ ਨਿਕਲਦੀ ਹੈ ਇਹਦੇ 'ਚੋਂ। ਪਰ ਗੁਰਪ੍ਰੀਤ ਡੇਰਾ ਮੁਖੀ ਸਣੇ ਕਈ ਜਿਹੜੇ ਬੇਲ ਆਊਟ ਇਸ ਪੂਰੇ ਮਾਮਲੇ ਦੇ ਵਿੱਚ ਨੇ ਕਈਆਂ ਨੇ ਜ਼ਮਾਨਤਾਂ ਲਈਆਂ। ਦੂਜਾ ਵੱਡਾ ਫੈਕਟ ਇੱਥੇ CBI ਦੀ ਕਲੋਜ਼ਰ ਰਿਪੋਰਟ ਪਏਗਾ ਕਿਉਂਕਿ CBI ਇਹਨਾਂ ਨੂੰ ਕਲੋਜ਼ਰ ਰਿਪੋਰਟ ਦਾਖਲ ਕਰਕੇ ਕਲੀਨ ਚਿੱਟ ਦੇ ਚੁੱਕੇ ਕਿ ਸਾਨੂੰ ਕੋਈ ਸਬੂਤ ਨਹੀਂ ਮਿਲਿਆ, ਅਸੀਂ ਫਿੰਗਰਪ੍ਰਿੰਟ ਵੀ ਇਹਨਾਂ ਦੇ ਲਏ, ਪਾਮ ਟੈਸਟਿੰਗ, ਹੋਰ ਕਈ ਤਰ੍ਹਾਂ ਦੇ ਜਿਹੜੇ ਫੋਰੈਂਸਿਕ ਟੈਸਟ ਸੀ ਉਹਨਾਂ ਦਾ ਜ਼ਿਕਰ ਹੋਇਆ। ਪਰ ਲੱਗਦਾ ਨਹੀਂ ਕਿ ਜਦੋਂ ਅਦਾਲਤਾਂ 'ਚ ਪੂਰੇ ਮਾਮਲੇ 'ਤੇ ਬਹਿਸ ਹੋਏਗੀ, ਦੋ ਪੱਖ ਆਪਸ 'ਚ ਭਿੜਨਗੇ, ਪਰ ਉੱਥੇ ਕਿਤੇ ਨਾ ਕਿਤੇ ਮਾਰ ਪੈ ਸਕਦੀ ਹੈ, ਚੈਲੰਜ ਸਾਬਤ ਹੋ ਸਕਦਾ ਹੈ ਕੇਸ ਜਿਸ ਹਿਸਾਬ ਨਾਲ ਸਮਾਂ ਲੰਘ ਰਿਹਾ। ਨਹੀਂ ਦੇਖੋ ਜਿਹੜੀ ਹੁਣ SIT ਦੇ ਵੱਲੋਂ ਰਿਪੋਰਟ ਜਾਂਚ ਰਿਪੋਰਟ ਤਿਆਰ ਕੀਤੀ ਗਈ ਹੈ ਉਹਦੇ 'ਚ SIT ਗਵਾਹਾਂ 'ਤੇ ਐਵੀਡੈਂਸ ਦੇ ਆਧਾਰ 'ਤੇ ਸਬੂਤਾਂ ਦੇ ਆਧਾਰ 'ਤੇ ਇਸ ਰਿਪੋਰਟ ਨੂੰ ਤਿਆਰ ਕਰਨ ਦਾ ਦਾਅਵਾ ਕਰਦੀ ਹੈ। CBI ਬੇਸ਼ੱਕ ਇਹ ਕਹਿੰਦੀ ਸੀ ਕਿ ਉਹਨਾਂ ਨੂੰ ਗਵਾਹ ਨਹੀਂ ਮਿਲੇ ਇਸ ਮਾਮਲੇ ਦੇ ਵਿੱਚ। ਜਿਹੜੀ SIT ਦੀ ਜਾਂਚ ਰਿਪੋਰਟ ਆ ਉਹ ਇਹ ਕਹਿੰਦੀ ਹੈ ਕਿ ਗਵਾਹ CBI ਨੂੰ ਮਿਲਣਾ ਚਾਹੁੰਦੇ ਸੀ ਅਤੇ CBI ਦੇ ਵੱਲੋਂ ਉਹਨਾਂ ਦੇ ਨਾਲ ਕੰਟੈਕਟ ਨਹੀਂ ਕੀਤਾ ਗਿਆ ਜਾਂ ਫਿਰ ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਦਿੱਤਾ ਗਿਆ। ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ
जिन्हां दे विच सबूत ने जिहड़े गवाह ने इस तों अलावा जिहड़े सिचुएशनल एविडेंसेस हुंदे आ उह बहुत सारियां चीज़ां खंगाल के SIT ने यह रिपोर्ट तैयार की है। हुण उहदे ते इही है कि ये जिहड़े सबूत हैगे उह अदालतां नूं किन्ना क सैटिस्फाई करनगे, अदालतां कानूनी नज़रिए तो जदों इस रिपोर्ट नूं इहदे नाल जिहड़ियां सबूत बाकी जिहड़े गवाह पेश कीते जाणगे उह उहदे नाल अदालतां किन्नियां क संतुष्ट हुंदियां ने, उहनां नूं इह जांच रिपोर्ट किन्नी क संतुष्ट करदी है उहदे ते डिपेंड करदा है कि मुस्तकबिल की होएगा डेरा सच्चा सौदा के मुखी का ते उहदे नाल जुड़े हुए बाकी दे लोकां दा। बिल्कुल माझ साहब, इह जांच रिपोर्ट नूं नतीजा की मनीए, की बरगाड़ी च लग्या मोर्चा अहम मनीए जा सिखां दा प्रेशर अहम मनीए जा नवी सरकार है, नवी सरकार ने वड्डे पद्धर ते अलर्टनेस इस मामले च दिखाई, इस मामले ते मनीए सी? देखो जी, अजे तक तो मैं फिर तो वीर जी यही गल कहूंगा, अजे जिहड़ी जिन्ना चिर सानू रिजल्ट नहीं मिलता तसल्ली वक्त, क्योंकि जिथों तक सरकार की गल है ये ठीक है कि SIT हुण कोर्ट दे विच पेश करूगी रिपोर्ट नूं, पर आ कुछ दिन पहले ही जदों सरकार दा ही एक नुमाइंदा कुंवर विजय प्रताप सिंह जिहड़ा कि सिर्फ 10 मिनट का वक्त मंगदा विधानसभा दे विच 10 मिनट मंग रहा है कि मैं बेअदबी मसले दे उत्ते कुछ अहम नुक्ते सांझे करना चाहुंदा, सरकार भगवंत मान जी दी जिहड़े कहिंदे रहे कि 24 घंटिआं च इंसाफ देवांगे चोणां तों पहलां, अपने ही विधायक नूं कुंवर विजय प्रताप सिंह नूं सिर्फ 10 मिनट का वक्त नहीं दे रहे जिहड़ा कि बेअदबी मसलिआं दे विच माहर है बंदा जिहने सारी जांच पड़ताल कीती है, तो सानूं कोई बाली तसली नहीं अजे तक हो रही, क्योंकि जदों जस्टिस रणजीत सिंह कमिशन की रिपोर्ट आई सी उह वी विधानसभा दे विच बहस हुई सी, उदों वी सारी दुनिया नूं सारे सिखां नूं लगदा सीगा कि हुण रिजल्ट बहुत नेड़े है, पूरा दिन उदों बहस चली सीगी, पर उदों एक नवी SIT बन गई सी, तां मतलब की है कि मैं कहना भी एफर्ट दिखाए जा रहे अजे तक, तां जिन्ना समा रिजल्ट नहीं मिलता, गुरमीत राम रहीम जिहड़ा कि बहुत वड्डा टैररिस्ट है जिहड़ा कि कातल भी है बलात्कारी भी है ते महाराज दीआं बेअदबीआं दा भी मुख साजिशकर्ता है, जिन्ना समा उहदे ते बनदी कारवाई नहीं हुंदी उन्ना समा सानू जिहड़ी कोई तसल्ली नहीं होऊगी। ये ठीक है कि दुनिया भर विच बसे हुए सिख समूह इंसाफ पसंद लोग ये चाहुंदे है कि इस मसले दे उत्ते बनदी कारवाई होवे तां जो भविख दे विच कोई भी गलत अंसर जिहड़ा समाज विरोधी है किसी भी धर्म ग्रंथ की बेअदबी वर्गी घटिया हरकत करने की हिम्मत ना कर सकी थी। बिल्कुल सुखराज, तुसीं एक लीडरां ते बड़ा सवाल चुकिया, जिहड़े लीडर जिन्हां नूं रिपोर्ट दित्ती गई है आखिरकार कारण की सी? मैं तुहाडा बयान सुनिया सी, चलाया भी उस बयान नूं जिस तुसीं कहा कि एसी कमरे च उठ के लीडर गए और रिपोर्ट लैके आए ने जिन्हां नूं अज पता लग्या होएगा कि हाँ भाई 2015 च बेअदबी दीआं घटनावां भी होईआं सी। जी भाई, वो गल ये आ, चलो वैसे तो हर एक सिख का फर्ज आ संघर्ष करना, गुरु साहब की बेअदबी हर एक सिख का हिरदा वलूंद रहा, पर यार जदों जिहड़े आपां लैच चल रहे हैं जिहड़े संदर्भ चल रहे हैं पिछले 7 सालों तो बेअदबियां वार वार हो रही, तो पिछले 7 सालों तो तुसी उस बंदियां दा बेअदबियां दे उत्ते प्रतिकर्म कढ के देखो भी किन्ना का। ते वो गल मैं तां कही गई सी क्योंकि जदों मैनूं सवाल पुछा गया सीगा कि जिहड़े बंदे बेअदबियां दे केस की पैरवाई कर रहे आ उन्हां नूं CM साहब ने रिपोर्ट सौंपी आ, जिहड़ा बंदा पैरवाई करदा होवे, सपोज करो तुसी किसे केस दे विच कोर्ट च अप डाउन कर रहे हो वीक बाद 10 दिन बाद जदों तरीक पैंदी है ਤਾਂ ਤੁਹਾਨੂੰ ਉਹ ਤਰੀਕ ਤੇ ਹੋਈ ਗੱਲਬਾਤ ਦੀ ਅਪਡੇਟ ਹਮੇਸ਼ਾ ਤੁਹਾਡੇ ਮਾਈਂਡ 'ਚ ਰਹੂਗੀ ਵੀ ਪਿਛਲੀ ਤਰੀਕ ਤੇ ਆਹ ਗੱਲ ਹੋਈ ਸੀ, ਅਗਲੀ ਤੇ ਆਹ ਹੋਈ ਆ, ਤਾਂ ਜਿਹੜੀ ਉਹ ਚਲਾਨ ਦਿੱਤੇ ਜਾਂਦੇ ਆ ਜਾਂ ਚਲਾਨ ਤੇ ਬਹਿਸ ਹੁੰਦੀ ਆ ਤਾਂ ਉਹ ਵੀ ਤੁਹਾਡੇ ਮਾਈਂਡ ਦੇ ਵਿੱਚ ਆਲਰੇਡੀ ਰਹੂਗਾ ਵੀ ਆਹ ਚਲਾਨ ਦਿੱਤਾ ਗਿਆ, ਉਹ ਚਾਹ ਨੋਮੀਨੇਟ ਕੀਤੇ ਗਏ ਆ, ਸੋ ਵਾਰ ਵਾਰ ਚਲਾਨ ਦਿੱਤੇ ਗਏ ਆ, ਚਲਾਨ ਤਕਰੀਬਨ ਅੱਜ ਤੋਂ 1.5 ਮਹੀਨਾ ਪਹਿਲਾਂ ਹੀ ਉਹ ਕੰਪਲੀਟ ਹੋ ਚੁੱਕੇ ਆ। ਮੈਂ ਤਾਂ ਕਹਿ ਰਿਹਾ ਕਿ ਉਹ 1.5 ਮਹੀਨਾ ਪਹਿਲਾਂ ਦੀ ਜਿਹੜੀ ਜਾਂਚ ਰਿਪੋਰਟ ਕੰਪਲੀਟ ਹੋ ਚੁੱਕੀ ਸੀ, ਤੇ ਅੱਜ ਜਿਨ੍ਹਾਂ ਨੂੰ ਰਿਪੋਰਟ ਦਿੱਤੀ ਗਈ ਉਹ ਕਹਿੰਦੇ ਵੀ 467 ਪੰਨਿਆਂ ਦੀ ਰਿਪੋਰਟ ਆ, ਅਸੀਂ ਪੜਾਂਗੇ ਇਹਨੂੰ, ਦੇਖਾਂਗੇ ਕੀ ਸਹੀ ਆ ਕੀ ਗਲਤ ਆ, ਫਿਰ ਜਾ ਕੇ ਅਸੀਂ ਇੱਥੇ ਗੱਲ ਕਰਾਂਗੇ। ਸੋ ਕਹਿਣ ਤੋਂ ਭਾਵ ਇੱਕ ਪਾਸੇ ਤਾਂ ਸਰਕਾਰ ਨੂੰ 3 ਮਹੀਨੇ ਦਾ ਸਮਾਂ ਦਿੱਤਾ ਹੋਇਆ ਜਿਹਦੇ 'ਚ 7 ਕੁ ਦਿਨ ਦਾ ਸਮਾਂ ਰਹਿ ਗਿਆ ਖਤਮ ਹੁੰਦਾ, ਉਹ 'ਚ ਸਰਕਾਰ ਆ ਕੇ ਆਪ ਦੱਸੂਗੀ ਵੀ ਆਹ ਗੱਲ ਅਸੀਂ ਇੱਥੋਂ ਤੱਕ ਕੀਤੀ ਆ ਤੇ ਇਹ ਇੱਥੋਂ ਤੱਕ
खत्म हुई है साथों ते इन्ने टाइम च अगे असी करनी है ते दूसरे पासे तुसी जाके उन्हां नूं ओ जाके रिपोर्ट लै रहे हैं जिन्हां नूं पता ही कुछ नहीं ते हजे कहिंदे असी पढ़ के दसांगे पढ़न दी तां ना जो कुछ वखरा होवे पंजाब दे लोकां नूं भली भांत पता जां जिहड़े इस बेअदबी केस च जुड़े हुए आ उन्हां नूं चंगी तरह पता है ਵਿੱਚ ਕੀ ਕਿਹੜੀ ਤਰੀਕ ਤੇ ਕਿਹੜੀ ਬਹਿਸ ਹੋਈ ਆ ਤੇ ਕਿੰਨੇ ਚਲਾਨ ਕਿਹੜੀ ਤਰੀਕ ਨੂੰ ਦਿੱਤੇ ਗਏ ਆ ਸੋ ਇਹ ਇੱਕ ਹਾਸੋਹੀਣੀ ਜੀ ਗੱਲ ਉਹ ਜਥੇਬੰਦੀਆਂ ਦੇ ਨਾਮ ਤੇ ਸਰਕਾਰ ਵੱਲੋਂ ਜਿਹੜੀ ਦਿੱਤੀ ਗਈ ਰਿਪੋਰਟ ਆ ਤਾਂ ਮੈਂ ਉਹ ਗੱਲ ਕਹੀ ਆ ਵੀ ਉਹ ਬੰਦੇ ਜਾ ਕੇ ਰਿਪੋਰਟ ਲੈ ਕੇ ਆਏ ਇੱਕ ਪਾਸੇ ਤਾਂ ਸਰਕਾਰ ਖੁਦ ਆ ਕੇ ਅਪਡੇਟ ਦੇ ਰਹੀ ਹੈ ਇੱਕ ਪਾਸੇ ਤੁਸੀਂ ਜਾ ਕੇ ਪੁੱਛ ਰਹੇ ਹੋ ਵੀ ਕੀ ਹੋਇਆ ਇੱਥੇ ਤੁਸੀਂ ਆਪ ਸੋਚ ਲਓ ਵੀ ਮਨ ਚ ਕੀ ਹੋ ਸਕਦੀ ਆ ਸੋ ਕਹਿਣ ਗੱਲ ਜਿਹੜੀ ਐਂਡ ਇਹ ਹੁੰਦੀ ਆ ਕਿ ਸਾਨੂੰ ਲੋਕਾਂ ਨੂੰ ਸਿੱਖ ਸਿੱਖ ਨੂੰ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ ਇਹ ਮੈਂ ਕੱਲ ਇੱਕ ਗੱਲ ਵੀ ਕਹੀ ਸੀ ਤੇ ਦੂਸਰੀ ਇਹ ਚਾਹੁੰਦੀ ਵੀ ਆ ਕਿ ਜੇ ਸਿੱਖ ਕੌਮ ਦੇ ਨੁਮਾਇੰਦੇ ਇਕੱਠੇ ਹੋ ਕੇ ਚੱਲਦੇ ਹੋਣ ਇੱਕ ਵੀਰ ਮੇਰੇ ਨੇ ਬਹੁਤ ਸੋਹਣਾ ਲਿਖਿਆ ਸੀਗਾ ਕਿ ਕੁਝ ਕੁ ਸਿੱਖ ਭਾਜਪਾ ਵਾਲੇ ਕਹਿੰਦੇ ਵੀ ਸਾਡੀ ਸਿੱਖ ਆਗੂਆਂ ਨਾਲ ਹੋਈ ਮੀਟਿੰਗ ਬਾਦਲ ਦਲ ਦੇ ਕਹਿੰਦੇ ਸਾਡੀ ਸਿੱਖ ਆਗੂਆਂ ਨਾਲ ਹੋਈ ਮੀਟਿੰਗ ਕਾਂਗਰਸ ਵਾਲੇ ਕਹਿੰਦੇ ਆ ਸਿੱਖ ਆਗੂਆਂ ਨਾਲ ਸਾਡੀ ਮੀਟਿੰਗ ਹੁਣ ਆਪ ਵਾਲੇ ਵੀ ਕਿਆ ਕਰਨਗੇ ਅਸੀਂ ਸਿੱਖ ਜਥੇਬੰਦੀਆਂ ਨਾਲ ਕੀਤੀ ਮੀਟਿੰਗ ਯਾਰ ਸਿੱਖ ਸਿੱਖਾਂ ਦੇ ਨਹੀਂ ਹੋ ਰਹੇ ਸਿੱਖ ਕਿੱਦੇ ਕਹਿਣਗੇ ਵੀ ਅੱਜ ਸਾਡੇ ਸਿੱਖ ਆਗੂਆਂ ਨੇ ਸਿੱਖਾਂ ਦੇ ਲਈ ਚੰਗਾ ਕੰਮ ਕੀਤਾ ਸੋ ਇਹ ਇਸ ਕਰਕੇ ਉਹ ਮਨ ਦੀ ਭਾਵਨਾ ਵਾ ਜਿਹੜੀ ਕਿਤੇ ਨਾ ਕਿਤੇ ਗੱਲ ਤੋਂ ਥਿਰਕਦੀ ਬਈ ਇਸ ਗੱਲ ਤੇ ਆ ਕਿ ਇੱਕ ਪਾਸੇ ਇਕੱਠੇ ਹੋ ਕੇ ਚੱਲੀਏ ਤਾਂ ਸਰਕਾਰਾਂ ਇਨਸਾਫ ਫਿਰ ਦਿੰਦੀਆਂ ਜੇ ਸਾਡਾ ਏਕਾ ਹੋਊਗਾ ਤੇ ਜੇ ਅਸੀਂ ਆਪ ਹੀ ਏਕੇ ਨੂੰ ਦੁਫਾੜ ਕਰਕੇ ਚੱਲਾਂਗੇ ਤਾਂ ਸਰਕਾਰਾਂ ਹਮੇਸ਼ਾ ਸਾਨੂੰ ਪਾਟੋ ਤੇ ਰਾਜ ਕਰੋ ਦੀ ਨੀਤੀ ਆ ਜਿਹੜੀ ਅਪਣਾਉਂਦੀਆਂ ਪਾੜੋ ਤੇ ਰਾਜ ਕਰੋ ਉਹ ਉਹਨਾਂ ਨੇ ਕੀਤਾ ਕੁਛ ਕੁ ਲੋਕ ਜਿਹੜੇ ਫੋਲੋਅਰ ਬਣਦੇ ਆ ਉਹਨਾਂ ਦੇ ਹੋਣਗੇ ਉਹ ਕਹਿੰਦੇ ਹੋਣਗੇ ਵੀ ਸਾਡੇ ਬੰਦੇ ਸਹੀ ਆ ਕੁਝ ਕੁ ਬਾਈ ਹਰਜਿੰਦਰ ਸਿੰਘ ਮਾਝੀ ਭਾਈ ਸਾਹਿਬ ਇਹਨਾਂ ਦੇ ਹੋਣਗੇ ਉਹ ਕਹਿੰਦੇ ਸਾਡਾ ਬੰਦਾ ਸਹੀ ਆ ਕੁਛ ਕੁ ਹੋਰ ਦੇ ਮਗਰ ਲੱਗਿਆ ਕੋਈ ਕਹਿਣਗੇ ਸਾਡਾ ਬੰਦਾ ਸਹੀ ਆ ਪਰ ਸਾਡੀ ਕਮੀ ਇਹ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮਗਰ ਬਹੁਤ ਘੱਟ ਲੱਗੇ ਹੋਏ ਆ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਕੇ ਤੇ ਉਹ ਜਿਹੜੀ ਹੋਈ ਵਿਪੱਤੀ ਆ ਉਹਦੇ ਲਈ ਇਕੱਠੇ ਹੋਈਏ ਅਸੀਂ ਇਹ ਕਹੀਏ ਕਿ ਅਸੀਂ ਸਾਰੇ ਹੀ ਸਹੀ ਆ ਸਰਕਾਰਾਂ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਧੱਕਾ ਕਰਦੀਆਂ ਆ ਰਹੀਆਂ ਜਿਹੜਾ ਇਨਸਾਫ਼ ਨਹੀਂ ਦਿੰਦੀਆਂ ਸਾਨੂੰ ਉੱਥੇ ਖੜਨ ਦੀ ਲੋੜ ਠੀਕ ਹੈ ਗੁਰਪ੍ਰੀਤ ਡੇਰਾ ਸਿਰਸਾ ਦੀ ਮੁਸੀਬਤ ਵਧੇਗੀ ਜਾਂ ਫਿਰ ਅੱਗੇ ਤੱਕ ਮਾਮਲਾ ਵਧੇਗਾ ਕੀ ਲੱਗਦਾ ਕਿ ਡੇਰਾ ਮੁਖੀ ਲਈ ਇਹ ਕੇਸ ਵੱਡੀ ਚੁਣੌਤੀ ਸਾਬਤ ਹੋ ਸਕਦਾ ਹਾਲਾਂਕਿ 295 ਦਾ ਜ਼ਿਕਰ ਹੈ ਬਹੁਤ ਘੱਟ ਸਜ਼ਾ ਹਰਜਿੰਦਰ ਸਿੰਘ ਮਾਝੀ ਕਹਿੰਦੇ ਇਸ ਕੇਸ 'ਚ ਦੇਖੋ ਸਜ਼ਾ ਤਾਂ ਕ੍ਰਿਸ਼ਨ ਆਲਰੇਡੀ ਡੇਰਾ ਮੁਖੀ ਭੁਗਤੀ ਰਿਹਾ ਰੋਹਤਕ ਦੀ ਸੁਣਾ ਰਹੀ ਹੈ ਜੇਲ੍ਹ ਦੇ ਵਿੱਚ ਪਰ ਇਹ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਦੀ ਮੁਸ਼ਕਲ ਵਧੇਗੀ ਹਾਂ ਮੁਸ਼ਕਲ ਜਦੋਂ ਵੀ ਹੁਣ ਇੱਕ ਕੇਸ ਜਿਹਦੇ ਵਿੱਚ ਨੋਮੀਨੇਟ ਹੋ ਗਿਆ ਗੁਰਮੀਤ ਰਾਮ ਰਹੀਮ ਸਿੰਘ ਔਰ ਹੁਣ ਜਦੋਂ ਕੇਸ ਚੱਲਣਾ ਉਹਦੇ 'ਚ ਮੁਸ਼ਕਲ ਜ਼ਰੂਰ ਵਧਣ ਵਾਲੀ ਗੱਲ ਹੀ ਹੈ ਕਿਉਂਕਿ ਤੁਹਾਨੂੰ ਇਸ ਕੇਸ ਦੇ ਵਿੱਚ ਅਲੱਗ ਤੋਂ ਜਿਹੜੀਆਂ ਹੈਗੀਆਂ ਉਹ ਪੂਰੀ ਕਾਰਵਾਈ ਦਾ ਸਾਹਮਣਾ ਕਰਨਾ ਪਊਗਾ ਸਜ਼ਾ ਹੋਊਗੀ ਹਾਲਾਂਕਿ ਜਿਵੇਂ ਮਾਝੀ ਕਹਿ ਰਹੇ ਹੈ ਕਿ ਇਹਦੇ ਵਿੱਚ ਸਜ਼ਾ ਹੈਗੀ ਜਿਹੜੀ ਉਹ ਬੜੀ ਥੋੜ੍ਹੀ ਹੈ ਇਹਨੂੰ ਜਿਹੜਾ 295 ਹੈ ਉਹਨੂੰ ਰਿਵਾਈਜ਼ ਕਰਨ ਦੀ ਲੋੜ ਹੈਗੀ ਤਾਂ ਉਹ ਦੇਖੋ ਜਿਸ ਤਰੀਕੇ ਦਾ ਹਾਲੇ ਕਾਨੂੰਨੀ ਚੌਕਟਾ ਹੈਗਾ ਉਹਦੇ ਮੁਤਾਬਕ ਜਿੰਨੀ ਕੁ ਸਜ਼ਾ ਜਿਹੜੀ ਕੋਰਟ ਤੈਅ ਕਰੂਗੀ ਜਾਂ ਕਾਨੂੰਨ ਦੇ ਵਿੱਚ ਲਿਖੀ ਹੋਈ ਹੈ ਉਹ ਇਸ ਕੇਸ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਜੇ ਸਾਰੇ ਐਵੀਡੈਂਸਿਸ ਤੋਂ ਅਦਾਲਤ ਸੰਤੁਸ਼ਟ ਹੁੰਦੀ ਹੈ ਤਾਂ ਫਿਰ ਉਹਨੂੰ ਮਿਲੂਗੀ ਪਰ ਨਿਸ਼ਚਿਤ ਤੌਰ 'ਤੇ ਜੇ ਆਪਾਂ ਇਹ ਕਹੀਏ ਕਿ ਮੁਸ਼ਕਲ ਨਹੀਂ ਵਧੂਗੀ ਤਾਂ ਮੁਸ਼ਕਲ ਤਾਂ ਵਧੂਗੀ ਪਰ ਇਹਨਾਂ ਮਾਮਲਿਆਂ ਨੇ ਸਭ ਤੋਂ ਵੱਧ ਸਿਆਸੀ ਧੂਲ ਫੜਿਆ ਗੁਰਪ੍ਰੀਤ ਦੇਖੋ ਵੱਖ-ਵੱਖ ਸਰਕਾਰਾਂ ਵੱਖ-ਵੱਖ ਸਮੇਂ ਤੇ ਕਹਿੰਦੀਆਂ ਰਹੀਆਂ ਕਿ ਬੇਅਦਬੀ ਦੇ ਮਾਮਲਿਆਂ 'ਚ ਇਨਸਾਫ ਮਿਲੇਗਾ ਹਾਲਾਂਕਿ ਮੁਤਬਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦਾ ਵੀ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਬਰਗਾੜੀ ਮੋਰਚਾ ਲਾਇਆ ਸੀ ਪਰ ਉਹਨਾਂ ਨੇ ਵੱਖ-ਵੱਖ ਸਮਿਆਂ 'ਤੇ ਸਰਕਾਰਾਂ ਨੂੰ ਅਲਟੀਮੇਟਮ ਵੀ ਦਿੱਤਾ ਪਰ ਇੱਕਜੁੱਟਤਾ ਨਜ਼ਰ ਆ ਰਹੀ ਹੈ ਦੇਖੋ ਸੁਖਰਾਜ ਕਹਿ ਰਹੇ ਨੇ ਕਿ ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ ਇਸ ਮੌਕੇ ਇੱਕ ਪਾਸੇ ਇਨਸਾਫ ਦੀ ਮੰਗ ਦੂਜੇ ਪਾਸੇ ਸਿੱਖਾਂ ਜਿਹੜੀ ਡਿਵੀਜ਼ਨ ਇਹ ਦੇਖਣ ਨੂੰ ਮਿਲ ਰਹੀ ਹੈ ਇਹਦੇ ਲੱਗਦਾ ਨਹੀਂ ਕਿ ਨਤੀਜੇ ਕੁਛ ਹੋਰ ਨਿਕਲਣਗੇ ਦੇਖੋ ਇੱਕ ਚੀਜ਼ ਇਹ ਹੈ ਕਿ ਕ੍ਰਿਸ਼ਨ ਜਿਸ ਤਰੀਕੇ ਦੇ ਨਾਲ ਇਹ ਮਾਮਲਾ ਸਾਹਮਣੇ ਆਇਆ ਔਰ ਜਿਵੇਂ ਇਹ ਹਰੇਕ ਕਾਮਨ ਸਿੱਖ ਚਾਹੇ ਉਹਨੇ ਅੰਮ੍ਰਿਤ ਛਕਿਆ ਹੈ ਚਾਹੇ ਨਹੀਂ ਛਕਿਆ ਹੈ ਚਾਹੇ ਉਹ ਅੰਮ੍ਰਿਤਧਾਰੀ ਹੈ ਚਾਹੇ ਸਹਿਜਧਾਰੀ ਹੈ ਔਰ ਨੋਟ ਈਵਨ ਸਿੱਖਸ ਇੱਥੋਂ ਤੱਕ ਵੀ ਕਿ ਇਸ ਪੰਜਾਬ ਦੇ ਵਿੱਚ ਰਹਿਣ ਵਾਲੇ ਜਿਹੜੇ ਬਾਕੀ ਭਾਈਚਾਰੇ ਨੇ ਜਿਵੇਂ ਕਹਿੰਦੇ ਹਾਂ ਆਪਾਂ ਕਿ ਪੰਜਾਬ ਗੁਰਾਂ ਦੇ ਨਾਂ 'ਤੇ ਵੱਸਦਾ ਜਿਹੜੇ ਸਵੇਰੇ ਉੱਠ ਕੇ ਗੁਰਦੁਆਰਾ ਸਾਹਿਬ ਦੇ ਵੱਲ ਮੂੰਹ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਆ ਹਰ ਇੱਕ ਦੇ ਲਈ ਇਹ ਉਹਦੇ ਸੈਂਟੀਮੈਂਟ ਨੂੰ ਝੰਜੋੜਨ ਵਾਲੀ ਘਟਨਾ ਸੀ ਜਿਸ ਤਰੀਕੇ ਦੇ ਨਾਲ ਵੀ ਹੋਇਆ ਔਰ ਜਿਵੇਂ ਲਲਕਾਰ ਕੇ ਕੀਤਾ ਗਿਆ ਇਹ ਆਪਣੇ ਆਪ ਦੇ ਵਿੱਚ ਹਰ ਇੱਕ ਨੇ ਬੜੀ ਨਮੋਸ਼ੀ ਹੈਗੀ ਜਿਹੜੀ
पूरे भाईचारे ने और भाईचारे तो बियॉन्ड भी फील की हैगी। इस करके बहुत सारे लोग तुसी देखे होंगे जिहड़े अलग भाईचारिया के सीगे वह भी इन्हां धरनियां दे विच तुहानू शामिल हुए दिखाई दिते, क्योंकि इस तरीके दे नाल होया और जिस तरीके दे नाल सेंटीमेंट जुड़िया होया सीगा भाईचारे का श्री गुरु ग्रंथ साहब नाल जुड़िया होया जां जिस तरीके दे नाल लिविंग गुरु के तौर पर मन्निया जांदा भाईचारे दे वल्लों सिख भाईचारे दे वल्लों, और उस तो बाद यह नैचुरल गल सी कि जिन्ना यह सेंटीमेंट जुड़िया होया सी उस सेंटीमेंट का किते ना किते फायदा पोलीटिकल पार्टियां ने उठाउणा सी। और तुसी ये देख लो कि 17 वाले इलैक्शन दे विच भी ये बड़ा वड्डा मुद्दा बनिया रहा, इलैक्शन ही एक पार्टी दे वल्लों ईवन इस इशू ते लड़िया गया, इहदियां सजावां दवाउण दे नाते लड़िया गया। और उस तो बाद तुसी ये भी देखिया कि सिख भाईचारे दे वल्लों एक पार्टी का विरोध करदे हुए दूजी पार्टी नूं चुणिया भी गया, एक इलैक्शन एक पार्टी ने इसे इशू के आधार पर लड़िया पर पूरे 5 साल दे विच कोई रिजल्ट सामने नहीं आया। उस तो बाद भी जे आप देखिए तो लगातार इस मामले पर पॉलिटिक्स तो होंदी रही है, क्योंकि इशू इस तरह का सीगा जिदे ते पूरे का पूरा सिख भाईचारा एकजुट खड़ा सी, हर एक नूं इफेक्ट या इंपैक्ट कर रहा सी, और जो कुछ भी ये हो रहा सीगा उन्नू फिर सब ने इनकैश करन दी कोशिश की थी है। इस करके पोलीटिकल तो यह मामला होया, पोलीटिकल रंग इनू चढ़ता रहा समय समय से, हुण भी चढ़ रहा है, पर यह है कि चलो हुण जे किते ये नेपरे लग जे मामला ता ए सिख भाईचारे दे लई भी वड्डी गल होएगी, और बाकी जे पंजाब दी भी गल करिए तां पंजाब दी शांति पंजाब दे अमन दे लई भी ये बड़ा अहम मसला है कि जे ये मसला किते नेपरे लगता है। ठीक है, आखिरी रिएक्शन मान साहब तुहाडा, फिर आपां समाप्ति करांगे चर्चा दी, की लगता है सब कुछ ठीक होएगा? देखो तुसी रिजल्ट का जिक्र किया है, एक चीज़ तुसी होर जिक्र किया कि सख्त कानून बनाने चाहिए ने, किस तरह की सरकार को सलाह दोगे कि किस तरह के जोड़े सख्त कानून बनाने चाहिए ने? देखो धर्म कोई भी होवे, बेअदबी किसे धर्म की होंगी है तो सब तो बड़ा बजर पाप है। जी जी, पर मैं किशन जी ये बेनती करनी चाहना, सब तो पहला तो पंजाब की सरकार नू जी पंजाब की विधानसभा के 295 ए नू सख्त करने के लिए इहदे विच सोध करन दे लई मता पा के सेंटर सरकार नू भेजिया जावे, जिहड़ा कि एक बार पहला भी पंजाब सरकार ने भेजिया सीगा बादलां दे वक्त, पर सेंटर वल्लों यह आया सी कि कल्ले गुरु ग्रंथ साहिब दे लई क्यों असीं कानून बनाईए, बाकी भी तां इत्थे धर्म वसदे है। तो पंजाब सरकार नू इह कहना चाहिए कि गुरु ग्रंथ साहिब पवित्र गीता कुरान शरीफ समेत कोई भी धर्म ग्रंथ की बेअदबी करता है बिल्कुल उहदे ते सख्त कानून बने, और यह विधानसभा च मता पा के सेंटर नू भेजन, सेंटर इहदे ते तुरंत जिहड़ा कार्रवाई करे, कानून दे विच सोध करे तां जो कानून का डर बनिया रहे, नहीं फिर आपां बाद दे विच कहने आ कि लोगों ने कानून हत्थां विच लै लिया, बहुत शुक्रिया माजी जी, सुखराज जी सानू समा देने दे लई, गुरप्रीत तुहाडा ही बहुत शुक्रिया। सो बेदबी दे मामले जिहड़ी रिपोर्ट सिख लीडरां नू पंजाब दे चीफ मिनिस्टर भगवंत सिंह मान ने सौंपी, उस तो बाद वड्डे पद्धर ते चर्चा हो रही है, पर सवाल पूछा जा रहा है कि इंसाफ कदों, 2015 दे विच वापरियां बेदबी दे घटनावां बरगाड़ी बुरज जवार सिंह गुरूसर मल के, की लगता है कि डेरा सिरसा नाल जिथे पंजाब की पुलिस इस दी तार जोड़ रही है, दूजे पासे डेरा सिरसा भी वार वार इस चीज़ नूं स्पष्ट कर रहा है कि एक वड्डे पद्धर ते एजेंडा फिक्स करन दी कोशिश हो रही है। हालांकि CBI ने इस मामले दे विच डेरे दे प्रेमियां नूं क्लीन चिट दित्ती सी कि कोई सबूत डेरा प्रेमियां दे खिलाफ नहीं है, पंजाब पुलिस दे लई चुनौती है कि किवें इस केस नूं प्रूव करेगी। कृष्ण सिंह नूं इस चर्चा च आ गया तो